ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕੁਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਪੰਜਾਬ ਬੜਾ 247 ਦੇ ਅਫੀਸ਼ੀਅਲ YouTube ਚੈਨਲ ਤੇ ਤਾਂ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਸਰ ਅੱਜ ਪੰਜਾਬ ਪੁਲਿਸ ਵਾਲੇ ਕਲਾਸ ਲੈ ਸਕਦੇ ਹਾਂਜੀ ਸਾਰੇ ਲੈ ਸਕਦੇ ਆ ਵੀ ਸਾਰੇ ਕੋਈ ਵੀ ਕਲਾਸ ਲੈ ਸਕਦਾ ਹੈ ਹਾਲੇ ਬੇਸਿਕਸ ਕਲਾਸਾਂ ਚੱਲ ਰਹੀਆਂ ਹਨ ਸਭ ਤੋਂ ਪਹਿਲਾਂ ਬੇਸਿਕ ਕੱਚੇ ਕਰੋ ਬੇਸਿਕ ਤੋਂ ਜ਼ੀਰੋ ਤੋਂ ਹੀਰੋ ਬਣਾਂਗੇ ਆਪਾਂ ਜੋ ਆਪਣੀ ਟੈਗ ਲਾਈਨ ਹੈ ਜ਼ੀਰੋ ਤੋਂ ਹੀਰੋ ਬੰਨਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਜੀ ਸੈਸ਼ਨ ਨੂੰ ਸ਼ੇਅਰ ਕਰ ਦਿਓ ਵੀ ਸੈਸ਼ਨ ਨੂੰ ਸ਼ੇਅਰ ਕਰ ਦਿਓ ਵੀ ओके गुड मॉर्निंग भी गुड मॉर्निंग गुडरी भाई वेरी गुड मॉर्निंग भी जोत को सर जल्दी क्लास स्टार्ट करो तो बस कर रहे हैं भी थोड़ा मैं थोड़ा काम है सेशन शेयर कर दो सेशन को लाइक कर दो क्लास को लाइक कर दो चल जाएंगे फिर आगे सस्री काल जी किरण वर्मा जी सस्री काल सब तो पहला ये सेशन नु शेयर कर दो फिर मैं स्टार्ट कर रहे हैं अभी सारे जन आ जाओ फटाफट वेरी गुड मॉर्निंग सस्री काल जी सत श्रीकाल जी सताल फटाफट सारे आज भी सैशन आप स्टार्ट करिए फिर लवप्रीत पुल्लर वेरी गुड मॉर्निंग भी कोई भी किसी भी पेपर की तैयारी कर रहा परसेंटेज भी मेन टॉपिक है सारे ही ऑलमोस्ट एग्जाम चाहेगा दा दा बेस है, पंजाब सारे ही, कोई भी लाइना चाहो तो प्रसेंटेज हर एक क्लास चाहिए बिल्कुल बेसिक तो चला बिलकुल जीरो तो चलाने बिलकुल अच्छे लैवल तक तुम तो कवर करवाऊंगा भी राम राम जी राम राम हाँ जी हाँ जी मैं कह दसो ਸੋਨੀਆ ਵਰਮਾ ਵੈਰੀ ਗੁੱਡ ਮਾਰਨਿੰਗ ਵੀ ਵੈਰੀ ਗੁੱਡ ਮਾਰਨਿੰਗ ਫਟਾਫਟ ਸ਼ੇਅਰ ਕਰ ਦਿਓ ਵੀ ਜੋ ਨਵੇਂ ਜੋੜ ਰਹੇ ਹੋ ਆਪਾਂ ਸਟਾਰਟ ਕਰੀਏ ਤਾਂ ਕਿ ਵੈਰੀ ਗੁੱਡ ਮਾਰਨਿੰਗ ਵੀ ਵੈਰੀ ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ 31 ਹੋ ਗਏ ਵੀ 50 ਤੇ ਸਟਾਰਟ ਕਰ ਦਾਂਗੇ ਆਪਾਂ ਫਟਾਫਟ ਸ਼ੇਅਰ ਕਰ ਦਿਓ ਵੀ ਸੈਸ਼ਨ ਨੂੰ ਕਲਾਸ ਨੂੰ ਸ਼ੇਅਰ ਕਰ ਦਿਓ ਤੇ ਲਾਈਕ ਬਰਾਬਰ ਹੋਣੇ ਚਾਹੀਦੇ ਵੀ ਲਾਈਕ ਚ ਕਮੀ ਨਹੀਂ ਆਣੀ ਚਾਹੀਦੀ ਤੇ ਜਿਨ੍ਹਾਂ ਨੇ ਕੱਲ ਦੀ ਕਲਾਸ ਨਹੀਂ ਦੇਖੀ ਰਾਤੀ 8 ਵਜੇ ਵਾਲੀ ਉਹ ਕਲਾਸ ਜ਼ਰੂਰ ਦੇਖਿਓ ਜਾ ਕੇ ਉਹਨੇ ਤੁਹਾਡੇ ਬਹੁਤ ਅੱਛੇ ਬੇਸਿਕ ਕਲੀਅਰ ਹੋਣਗੇ ਠੀਕ ਹੈ ਜਿਨ੍ਹਾਂ ਨੇ ਨਹੀਂ ਦੇਖੀ ਤੇ ਜਿਨ੍ਹਾਂ ਨੇ ਦੇਖੀ ਕਮੈਂਟ ਸੈਕਸ਼ਨ 'ਚ ਦੱਸੋ ਕਲਾਸ ਕਿਹੋ ਜਿਹੀ ਲੱਗੀ ਰਾਤੀ 8 ਵਜੇ ਤੇ ਸਵੇਰੇ ਐਸੇ ਟਾਈਮ 10 ਵਜੇ ਤੁਹਾਨੂੰ ਡੇਲੀ ਦੋ ਵਾਰ ਹੀ ਮਿਲੂਗਾ ਤੇ ਦੋਨਾਂ ਵਾਰੀ ਅਲੱਗ-ਅਲੱਗ ਚੀਜ਼ਾਂ ਨੂੰ ਲੈ ਕੇ ਆਪਾਂ ਗੱਲ ਕਰਾਂਗੇ ਬੇਸਿਕ ਚੀਜ਼ਾਂ ਐਡਵਾਂਸ ਚੀਜ਼ਾਂ ਵੜੀਆਂ-ਵੜੀਆਂ ਕੁਐਸਚਨਸ ਸਭ ਤੇ ਗੱਲ ਕੀਤੀ ਜਾਵੇਗੀ ਫਟਾਫਟ ਸ਼ੇਅਰ ਕਰ ਦਿਓ ਵੀ ਬਸ 5-7 ਜਣੇ ਹੋ ਰਾਜਨ ਆਪਾਂ ਸਟਾਰਟ ਕਰਦੇ ਹਾਂ ਲਾਈਕ ਡਨ ਵੈਰੀ ਗੁੱਡ ਵੀ ਥੈਂਕ ਯੂ ਕੈਂਸ ਸੀ ਸਰ ਜੀ ਥੈਂਕ ਯੂ ਵੀ ਥੈਂਕ ਯੂ ਜਿਨਾਂ ਨੇ ਨਹੀਂ ਦੇਖਿਓ ਜਾ ਕੇ ਜਰੂਰ ਦੇਖਿਓ ਰਾਤੀ 8 ਵਜੇ ਵਾਲੀ ਕਲਾਸ ਨੂੰ ਉਸੇ ਕਲਾਸ ਰਾਤੀ 8 ਵਜੇ ਫਿਰ ਮਿਲਾਂਗੇ ਓਕੇ ਵੀ ਓਕੇ ਥੈਂਕ ਯੂ ਬਹੁਤ ਵਧੀਆ ਕਲਾਸ ਸੀ ਥੈਂਕ ਯੂ ਜਲਦੀ ਦੇ ਜਲਦੀ ਨਾਲ ਇੱਕ ਵਾਰੀ ਸੈਸ਼ਨ ਨੂੰ ਸ਼ੇਅਰ ਕਰ ਦਿਓ ਜੂ ਨਵੇਂ ਐਡ ਹੋ ਰਹੇ ਹੈਗੇ ਆ 45 ਹੋ ਗਏ 5 ਹੋਰ ਆ ਜਾਣ ਮੈਂ ਸਟਾਰਟ ਕਰ ਰਹੇ ਹਾਂ ਵੀ 50 ਤੇ ਜਾ ਕੇ ਯੂ टीच ਵੈਰੀ ਵੈਲ ਸਰ ਥੈਂਕ ਯੂ ਵੀ ਥੈਂਕ ਯੂ ਜੋਤਕੌਰ ਜੀ ਮਨਪ੍ਰੀਤਕੌਰ ਵੈਰੀ ਗੁੱਡ ਮਾਰਨਿੰਗ ਵੀ ਚਲੋ ਵੀ 51 ਹੋ ਗਏ ਸਟਾਰਟ ਕਰਦੇ ਆ ਵੀ ਸੈਸ਼ਨ ਸ਼ੇਅਰ ਹੋਣੇ ਚਾਹੀਦੇ ਲਾਈਕ ਕਮੀ ਨਹੀਂ ਹੋਣੀ ਚਾਹੀਦੀ ਚਲੋ ਵੀ ਹਾਂਜੀ ਵੈਲਕਮ ਟੂ ਪੰਜਾਬ 247 ਆ ਚੀਜ਼ਾਂ ਹੋ ਗਈਆਂ ਠੀਕ ਹੈ ਵੀ ਤਾਂ ਚੈਨਲ ਨੂੰ ਜਿਨ੍ਹਾਂ ਨੇ ਨਵੇਂ ਜੁੜਿਆ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਵੀ ਕਰ ਲਿਓ ਪੰਜਾਬ 247 ਦੇ ਚੈਨਲ ਨੂੰ ਤੇ ਐਪਲੀਕੇਸ਼ਨ ਨੂੰ ਵੀ ਡਾਊਨਲੋਡ ਕਰ ਲਿਓ ਲੋ ਜੀ ਸਟਾਰਟ ਕਰਨ ਜਾ ਰਹੇ ਆ ਹੈਗਾ ਚਲੋ ਪਰਸੈਂਟੇਜ 0 ਟੂ 0 ਆਪਣਾ ਟਾਰਗੇਟ ਹੈਗਾ ਚਲੋ ਵੀ ਬੇਸਿਕ ਫ੍ਰੈਕਸ਼ਨ ਔਰ ਪਰਸੈਂਟੇਜ ਫ੍ਰੈਕਸ਼ਨ ਆਪਾਂ ਜਿਹਨੂੰ ਕਹਿ ਦਿੰਨੇ ਆ ਕਿ 20% ਕਿੰਨਾ ਹੁੰਦਾ 100% ਕਿੰਨਾ ਹੁੰਦਾ ਜੇ ਮਿਲਿਆ ਹੁੰਦਾ ਤਾਂ ਪੇਪਰ ਹੁਣ ਤੱਕ ਕਲੀਅਰ ਹੁੰਦਾ ਸੀ ਠੀਕ ਹੈ ਕੋਈ ਗੱਲ ਨਹੀਂ ਜੀ ਪਹਿਲੇ ਕਲੀਅਰ ਨਹੀਂ ਹੋਇਆ ਤਾਂ ਹੁਣ ਵਾਲੇ ਜੋ ਸਾਰੇ ਪੇਪਰ ਆ ਰਹੇ ਆਪਾਂ ਸਾਰੇ ਕਲੀਅਰ ਕਰਾਂਗੇ ਕੋਈ ਦਿੱਕਤ ਵਾਲੀ ਗੱਲ ਹੈ ਨਹੀਂ ਫੁੱਲ ਬੈਟਾ ਫੁੱਲ ਮਾਰਕਸ ਲੈ ਕੇ ਆਵਾਂਗੇ ਚਲੋ ਵੀ ਹੁਣ ਇੱਕ ਸਿੰਪਲ ਜੀ ਚੀਜ਼ ਦੇਖੋ ਵੀ ਬੇਸਿਕ ਫ੍ਰੈਕਸ਼ਨ ਔਰ ਪਰਸੈਂਟੇਜ ਦਾ ਮਤਲਬ ਕੀ ਇੰਗਲਿਸ਼ ਲਿਖਿਆ ਹੋਇਆ ਬੇਸਿਕ ਇੰਗਲਿਸ਼ ਹੈ ਗਿਆ ਕੋਈ ਖਾਸ ਗੱਲ ਨਹੀਂ ਮੈਂ ਸਾਰੀ ਚੀਜ਼ਾਂ ਪੰਜਾਬ ਬਿਲਕੁਲ ਬੇਸਿਕ ਤੋਂ ਚੱਲੂਗਾ ਵੀ ਇੱਕ ਵਾਰੀ ਵੀ 100% 100% ਨੂੰ ਕੀ ਲਿਖਾਂਗੇ ਤਾਂ ਨੋਟਸ ਬਣਾ ਲਿਓ ਹਰ ਇੱਕ ਚੀਜ਼ ਦਾ ਨੋਟਸ ਬਣਾ ਲਿਓ ਤੁਹਾਡੇ ਕੰਮ ਆਣਗੇ ਵੀ ਜਦੋਂ ਵੀ ਪਰਸੈਂਟੇਜ ਹਟੇਗਾ ਜਦੋਂ ਵੀ ਪਰਸੈਂਟੇਜ ਹਟੇਗਾ ਕਿਸੇ ਵੀ ਨੰਬਰ ਦੇ ਨਾਲ ਅਗਰ ਪਰਸੈਂਟੇਜ ਲੱਗਿਆ ਹੈ ਅਗਰ ਮੈਨੂੰ ਹਟਾ ਰਿਆਂ ਤਾਂ ਨੀਚੇ ਕੀ ਆਏਗਾ 100 ਆਏਗਾ ਤਾਂ 100/100 ਨੂੰ ਮੈਂ ਕੱਟ ਦੂੰਗਾ ਤੇ ਕਿੰਨਾ ਲਿਖ ਦੂੰਗਾ ਵੀ ਇੱਕ ਮਤਲਬ 100% ਦੀ ਫ੍ਰੈਕਸ਼ਨ ਕੀ ਬਣੇਗੀ ਇੱਕ ਬਣੇਗੀ ਵੀ ਠੀਕ ਹੈ ਵੀ ਅਗਰ ਮੈਂ ਐਸੇ ਤਰੀਕੇ ਨਾਲ 50% ਦੀ ਗੱਲ ਕਰਾਂ ਤਾਂ <coughs> 50% ਨੂੰ ਆਪਾਂ ਕੀ ਬੋਲਾਂਗੇ ਵੀ 50/100 50/100 ਜੀਰੋ ਨਾਲ ਜੀਰੋ ਕੱਟ ਗਈ 5 ਨੂੰ 10 ਤੇ ਕੱਟਾਂਗੇ ਕਿੰਨੀ ਵਾਰੀ ਕੱਟ ਜੂਗਾ 2 ਤੇ ਕੱਟ ਜੂਗਾ ਮਤਲਬ ਇਹਨੂੰ ਆਪਾਂ ਕੀ ਬੋਲਾਂਗੇ 1/2 ਬੋਲਾਂਗੇ ਬਿਲਕੁਲ ਜੀਰੋ ਤਾਂ ਚੱਲ ਰਿਹਾ ਵੀ ਦੇਖੋ ਵੀ ਹੁਣ ਅਗਰ ਮੈਂ ਕਹਾਂ 25% ਤਾਂ 25% ਨੂੰ ਕੀ ਬੋਲਾਂਗੇ ਵੀ 25/100 ਮਤਲਬ 1/4 25% ਕਿੰਨਾ ਹੁੰਦਾ 1/4 ਹੁੰਦਾ ਠੀਕ ਹੈ ਵੀ 20% 20% ਵਾਸਤੇ ਕੀ ਬੋਲਾਂਗੇ ਵੀ 20/100 20/100 ਮਤਲਬ 1/5 ਇਹਨੂੰ ਤੁਸੀਂ ਐਵੇਂ ਵੀ ਯਾਦ ਕਰ ਸਕਦੇ ਹੋ ਐਵੇਂ ਵੀ ਬੋਲ ਸਕਦੇ ਹੋ ਕਿ 25 ਨੂੰ 100 ਨਾਲ 100 ਬਣਾਉਣਾ ਕਿੰਨੇ ਨਾਲ ਗੁਣਾ ਕਰਾਈਏ 25 ਨੂੰ 100 ਬਣਾਉਣਾ ਕਿੰਨੇ ਨਾਲ ਗੁਣਾ ਕਰਾਈਏ ਤੁਸੀਂ ਕਹੋਗੇ 25 ਚੋਕਾ 100 ਮਤਲਬ ਆ 1/4 ਦੇ ਬਰਾਬਰ ਹੈ 20 ਨੂੰ 100 ਬਣਾਉਣਾ ਕਿੰਦੇ ਨਾਲ ਗੁਣਾ ਕਰਾਈਏ 5 ਨਾਲ ਮਤਲਬ ਆ ਕੀ ਹੋ ਗਿਆ 1/5 ਹੋ ਗਿਆ ਅੱਗੇ ਚੱਲਦੇ ਆਂ ਵੀ ਹੁਣ 15% ਹੁਣ 15 ਤਾਂ 15 ਦੇ ਅਗਰ ਪਹਾੜਾ ਪੜੀਏ 15 ਦੀ ਟੇਬਲ ਪੜੀਏ ਤਾਂ 100 ਨਹੀਂ ਆਊਗਾ ਵੀ 15 6 90 ਤੇ ਜਾ ਕੇ ਗੱਲ ਰੁਕ ਜੇਗੀ ਤਾਂ ਹੁਣ ਕੀ ਕਰਨਾ ਪਏਗਾ ਉਹੀ ਕੰਮ 15 ਹਟਾਵਾਂਗਾ 100 15 ਨੂੰ ਕੱਟਾਂਗਾ 5-5 ਨਾਲ ਕਿੰਨਾ 3 ਇਹਨੂੰ 5 ਨਾਲ ਕੱਟਿਆ ਕਿੰਨਾ 20 ਮਤਲਬ ਆਹ ਕਿਹਦੇ ਬਰਾਬਰ ਹੈ 3 20 ਦੇ ਬਰਾਬਰ ਹੈ ਠੀਕ ਹੈ ਵੀ ਠੀਕ ਮਤਲਬ ਮੇਨ ਚੀਜ਼ ਕੀ ਹੈ ਕੋਈ ਵੀ ਇੱਕ ਸਿੰਪਲ ਫ੍ਰੈਕਸ਼ਨ ਹੈ ਸਿੰਪਲ ਪਰਸੈਂਟੇਜ ਹੈ ਉਹਨੂੰ ਅਗਰ ਫ੍ਰੈਕਸ਼ਨ ਵਿੱਚ ਕਨਵਰਟ ਕਰਨਾ ਹੈ ਤਾਂ ਉਹਦੇ ਤੋਂ ਪਰਸੈਂਟ ਹਟਾ ਕੇ ਬਟਾ ਵਿੱਚ ਕੀ ਆਉਂਦਾ ਹਮੇਸ਼ਾ 100 ਆਂਦਾ ਐਨੀ ਚੀਜ਼ ਕਲੀਅਰ ਹੈ ਤਾਂ ਅੱਗੇ ਚੱਲਦੇ ਆ ਵੀ 6.68 ਵੀ 6.68% ਕਹ ਰਿਹਾ ਸਹਿਮ ਗਿਲ ਤਾਂ ਬਟਾ ਵੀ ਐਨੀ ਗੱਲ ਕਲੀਅਰ ਹੈ ਥੰਬਸ ਅਪ ਕਰ ਦਿਓ ਅੱਗੇ ਚੱਲਿਆ ਵੀ ਬਿਲਕੁਲ ਬੇਸਿਕ ਚੀਜ਼ਾਂ ਨਹੀਂ ਆਪਾਂ 100 ਪਲੱਸ ਵੀ ਜਾਵਾਂਗੇ 100 प्लस ਵੀ ਜਾਵਾਂਗੇ ਜਿਵੇਂ 100 प्लस ਵੀ ਆਪਾਂ ਗੱਲ ਹੀ ਕਰ ਹੀ ਲੈਨੇ ਆਤੀ ਆਜੋ ਮੰਨ ਲਓ 120% ਦੀ ਗੱਲ ਕਰਾਂ 120% ਦੀ ਗੱਲ ਕਰਾਂ ਤੇ 120% ਵਾਸਤੇ ਕੀ ਹੋਊਗਾ ਵੀ 120% ਵਾਸਤੇ ਕੀ ਹੋਏਗਾ ਵੀ ਇਹਦੇ ਵਾਸਤੇ ਕੀ ਹੋਏਗਾ 120 100 120 100 0 ਨਾਲ 0 ਕੱਟ ਗਿਆ 12 ਨੂੰ ਅਗਰ ਮੈਂ ਅੱਧਾ ਕਰਾਂ ਕਿੰਨਾ ਹੋਊਗਾ 6 10 ਨੂੰ ਅੱਧਾ ਕਰਾਂ ਕਿੰਨਾ ਹੋਊਗਾ 5 ਮਤਲਬ 120% ਦੀ ਵੈਲਿਊ ਕਿੰਨੀ ਹੈ 6 5 ਹੈ ਥੰਬਸ ਅਪ ਵੀ ਥੰਬਸ ਬਹੁਤ ਵਧੀਆ ਵੀ ਬਹੁਤ ਵਧੀਆ ਸੈਸ਼ਨ ਨੂੰ ਫਟਾਫਟ ਸ਼ੇਅਰ ਕਰ ਦਿਓ 71 ਦੀ ਵਾਚਿੰਗ ਆ ਰਹੀ ਹੈ ਵਾਚਿੰਗ 100 ਪਲੱਸ ਕਰ ਦਿਓ ਵੀ ਜਿਵੇਂ ਕੱਲ ਕਲਾਸ ਦੇ ਵਿੱਚ 300 ਪਲੱਸ ਬੱਚੇ ਲਾਈਵ ਸੀਗੇ ਹੁਣ ਵੀ ਹੋਣੇ ਚਾਹੀਦੇ ਵੀ ਸਕਰੀਨ ਜ਼ੂਮ ਕਰ ਦਿਓ ਜੀ ਕੋਈ ਦਿੱਕਤ ਨਹੀਂ ਹੈਗੀ ਮੈਂ ਅਗਲੇ ਸਲਾਈਡ ਤੇ ਲੈ ਕੇ ਜਾਣਾ ਕੋਈ ਦਿੱਕਤ ਨਹੀਂ ਕੀ 6/5 6/5 ਵੈਰੀ ਗੁੱਡ ਵੀ ਚਲੋ ਵੀ ਆਜੋ ਹੁਣ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਜੋ ਕੰਪੀਟੀਸ਼ਨ ਦਾ ਲੈਵਲ ਹੈ ਥੋੜਾ ਜਿਹਾ ਵੱਧ ਗਿਆ ਹੈ ਅਗਰ ਮੈਂ ਗੱਲ ਕਰਾਂ ਤਾਂ 10% 20% ਬਹੁਤ ਹੀ ਬੇਸਿਕ ਗੱਲਾਂ ਹੋ ਗਈਆਂ ਵੀ ਜੋ ਹੁਣ ਪੁੱਛਿਆ ਜਾਵੇਗਾ ਲਾਈਕ ਕਿਵੇਂ ਇਹ ਚੀਜ਼ਾਂ ਪੁੱਛੀਆਂ ਜਾਂਦੀਆਂ ਦੇਖੋ ਹੁਣ ਮੈਂ ਅਗਰ ਗੱਲ ਕਰਾਂ ਇੱਕ ਆ ਚੀਜ਼ ਹੋਗੀ ਕਿ 1200 ਸਈ 1/2% ਕਿਹਦੇ ਬਰਾਬਰ ਹੁੰਦਾ 1200 ਸਈ 1/2% ਕਿਹਦੇ ਬਰਾਬਰ ਹੁੰਦਾ ਹੁਣ ਕਢਾਲਣਾ ਬੋਤਿਆਂ ਨੂੰ ਆਉਂਦਾ ਹੋਣਾ ਮੈਂ ਯਾਦ ਕਰਵਾ ਲੂੰਗਾ ਵੀ ਤੁਹਾਡੇ ਤੋਂ ਕਲਾਸ ਲਾਉਂਦੇ ਰਹੇ ਲਗਾਤਾਰ ਯਾਦ ਮਾਪੇ ਕਰਵਾ ਲੂੰਗਾ ਤੁਹਾਨੂੰ ਕਰਨ ਦੀ ਜਰੂਰਤ ਨਹੀਂ ਹੈਗੀ ਮਾਪੇ ਕਰਵਾ ਲੂੰਗਾ ਦੇਖੋ ਵੀ ਉਨਤਨ ਪਤਾ ਹੈ ਕਿ ਅਗਰ ਆਹ ਚੀਜ਼ ਨੂੰ ਸੋਲਵ ਕਰਨਾ ਹੋਵੇ ਆਹ ਚੀਜ਼ ਨੂੰ ਸੋਲਵ ਕਰਨਾ ਹੋਵੇ ਤਾਂ ਕਿਵੇਂ ਕਰਦੇ ਹੁੰਨੇ ਆ ਸਭ ਦਾ ਪਹਿਲਾ ਗੱਲ ਕੀ ਹੈ ਕਿ ਆਪਾਂ ਆਹ ਚੀਜ਼ ਐਨਾ ਸੋਲਵ ਕਰੀਏ ਸਿਰਫ ਐਨਾ 1/8 ਕੇਰੇ ਵੀ ਵੈਰੀ ਗੁੱਡ ਠੀਕ ਹੈ ਹੁਣ ਤੁਹਾਨੂੰ ਪਤਾ ਹੈ ਕਿ ਆਹ ਚੀਜ਼ ਦੇ ਨਾਲ ਗੁਣਾ ਹੋਏਗੀ 2 ਦਾ 12 ਨਾਲ ਗੁਣਾ ਕਰਾਵਾਂ ਕਿੰਨਾ ਆਊਗਾ 24 24 ਤੱਕ 25 ਮਤਲਬ 25/2 25/2 2 ਨੂੰ 12 ਨਾਲ ਗੁਣਾ ਕਰਾਇਆ 24 ਤੱਕ 25 25/2 ਆ ਗਿਆ ਹੁਣ ਆਹ ਵਾਲਾ ਪਰਸੈਂਟ ਹੈ ਪਰਸੈਂਟ ਜਦੋਂ ਵੀ ਹਟਾਓਗੇ ਤਾਂ ਬਟਾ ਦੇ ਵਿੱਚ ਕੀ ਆਏਗਾ ਵੀ 100 ਆਏਗਾ ਤੁਹਾਨੂੰ ਆ ਗੱਲ ਪਤਾ ਹੈ ਹੁਣੇ ਦੱਸ ਕੇ ਗਿਆ ਵੀ ਠੀਕ ਹੈ ਵੀ ਹੁਣ ਕੱਟੂਗਾ ਤਾਂ 25 ਚੋਕਾ 100 25 ਚੋਕਾ 100 ਉੱਪਰ ਕਿੰਨਾ 1 4 ਦੁਨੇ 8 ਮਤਲਬ ਆਹ ਜੋ ਚੀਜ਼ਾਂ ਕੀ ਦੇ ਬਰਾਬਰ ਹੋਏਗੀ 1/8 ਦੇ ਬਰਾਬਰ ਹੋਏਗੀ ਐਨੀ ਚੀਜ਼ ਕਲੀਅਰ ਹੈ ਥੰਬਸ ਅਪ ਕਰ ਦਿਓ ਵੀ ਫਟਾਫਟ ਠੀਕ ਹੈ ਵੀ 25 ਬਟਾ 2 25 ਬਟਾ 2 ਨਹੀਂ ਬੋਲਾਂਗੇ ਵੀ 1 ਬਟਾ 8 ਬੋਲਾਂਗੇ ਫ੍ਰੈਕਸ਼ਨ ਚ ਕੁਐਸਚਨ ਕਰੋਗੇ ਰੇਸ਼ੋ ਬਣਾ ਕੇ ਕੁਐਸਚਨ ਕਰੋਗੇ ਕਦੇ ਵੀ ਕੋਈ ਵੀ ਦਿੱਕਤ ਨਹੀਂ ਆਏਗੀ ਪ੍ਰੈਕਟਿਸ ਵਾਸਤੇ ਮੈਂ ਤੁਹਾਨੂੰ ਪੀਡੀਐਫ ਦੇ ਦੂੰਗਾ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਕਿ ਪਹਿਲੇ ਤੁਹਾਡਾ ਬੇਸਿਕਸ ਕਲੀਅਰ ਕਰੋ ਪੀਡੀਐਫ ਬਹੁਤ ਮਿਲ ਜਾਣਗੇ ਕੁਐਸਚਨ ਬਹੁਤ ਮਿਲ ਜਾਣਗੇ ਪ੍ਰੈਕਟਿਸ ਵਾਸਤੇ ਜਾਂਦੇ ਜਾਂਦੇ ਵਧੀਆ ਵਧੀਆ ਕੁਐਸਚਨ ਵੀ ਕਰਾਂਗੇ ਇਨਕਮ ਟੈਕਸ ਤੇ ਇੱਕ ਬੇਸਿਕ ਕੁਐਸਚਨ ਵੀ ਕਰਾਂਗੇ ਸਾਰੇ ਕੁਐਸਚਨ ਕਰਾਂਗੇ ਪਹਿਲੇ ਬੇਸਿਕ ਕਲੀਅਰ ਕਰ ਲਈਏ ਚਲੋ ਵੀ ਹੁਣ ਮੈਂ ਅਗਰ ਗੱਲ ਕਰਾਂ ਇਹਦੀ 14 ਸਈ 2/7% ਹੁਣ ਐਸੇ ਤਰੀਕੇ ਨਾਲ ਹੀ ਇਹਨੂੰ ਕੱਢਣਾ ਹੈ ਐਸੇ ਤਰੀਕੇ ਨਾਲ ਹੀ ਇਹਨੂੰ ਕੱਢਣਾ ਹੈ ਤਾਂ ਮੈਂ ਅਗਰ ਗੱਲ ਕਰਾਂ 7 ਨੂੰ 14 ਨਾਲ ਗੁਣਾ ਕਰਾਂ ਮਾ ਕਿੰਨਾ ਆਊਗਾ 7 ਨੂੰ 14 ਨਾਲ ਗੁਣਾ ਕਰਾਂ ਮਾ ਕਿੰਨਾ ਆਊਗਾ 98 98 ਤੇ 2 ਕਿੰਨੇ ਹੋ ਗਏ 100 ਤਾਂ 100/7 7 ਨੂੰ 14 ਨਾਲ ਗੁਣਾ ਕਰਿਆ 98 98 ਤੇ 2 ਕਿੰਨੇ ਹੋ ਗਏ ਸੋ 100/7 ਆ ਗਿਆ ਹੁਣ ਪਰਸੈਂਟੇਜ ਆਟਾਵਾਂਗੇ ਤਾਂ ਇਹਦਾ ਵੀ 100 ਆਏਗਾ ਵੀ ਤਾਂ ਆ 100 ਨਾਲ 100 ਕੱਟਿਆ ਗਿਆ ਮਤਲਬ ਆ ਚੀਜ਼ ਜੋ ਹੈ ਕਿਨੇ ਦੇ ਬਰਾਬਰ ਹੈ 1/7 ਦੇ ਬਰਾਬਰ ਹੈ ਵੈਰੀ ਗੁੱਡ ਵੀ ਵੈਰੀ ਗੁੱਡ ਦੇਖੋ ਵੀ ਇਹਨਾਰੇ ਵੀ ਆਪਸ ਚ ਗਰੁੱਪ ਹੁੰਦੇ ਆ ਮੈਂ ਗਰੁੱਪ ਵਾਈਜ਼ ਪੜਾਉਂਗਾ ਪਹਿਲੇ ਤਿੰਨ ਦੇਖ ਲਓ ਜੋ ਮੇਨ ਹੈ ਦੋ ਦੇਖ ਲਓ ਜੋ ਮੇਨ ਹੈ ਦੋਨਾਂ ਦੇ ਗਰੁੱਪ ਹੈਗੇ ਐਕਚੁਅਲ ਦੇ ਵਿੱਚ 86/7 286/7 ਨਹੀਂ ਆਏਗਾ ਵੀ 86 ਦਾ 14 ਨੂੰ 6 ਨਾਲ ਗੁਣਾ ਕਰਾਉਂਗਾ 84 ਆਏਗਾ ਤੁਸੀਂ ਉਸ ਅਕੋਰਡਿੰਗ ਚੱਲ ਜਾਓ 7 14 7 98 ਤੇ 200 100 7 ਆਏਗਾ ਵੀ ਕਮੈਂਟ ਉੱਪਰ ਚੱਲਿਆ ਗਿਆ ਵੀ ਮੈਂ ਧਿਆਨ ਨਹੀਂ ਕਿ ਕਿ ਨਾਂ ਕੀ ਨਾਮ ਸੀ ਉਹਨਾਂ ਦਾ ਓਕੇ ਸੈਸ਼ਨ ਨੂੰ ਸ਼ੇਅਰ ਕਰ ਦਿਓ ਵੀ ਫਟਾਫਟ 75 ਦੀ ਵੋਚਿੰਗ ਹੈ 100 ਟ ਪਾ ਦਿਓ ਵੀ 100 ਟ ਪਾ ਦਿਓ ਵੀ ਚਲੋ ਅभी ਠੀਕ ਹੈ ਹੁਣ ਅਗਰ ਮੈਂ ਇਹਦੀ ਗੱਲ ਕਰਾਂ 16 ਸਹੀ 2 3% ਦੀ ਯਾਦ ਕਿਵੇਂ ਕਰਨੇ ਹੈ ਬੈਸਟ ਜਿਵੇਂ ਮੈਂ ਕਰਵਾ ਰਹੇ ਹਾਂਵੇਂ ਦੇਖਦੇ ਚਲੋ ਯਾ ਤੁਹਾਡੇ ਆਟੋਮੈਟਿਕਲੀ ਹੋ ਜਾਣਗੇ ਵੀ 16 48 13 ਨੂੰ 16 ਨਾਲ ਗੁਣਾ ਕਰਾਇਆ ਕਿੰਨਾ ਆਊਗਾ 48 48 ਤੇ 2 50 48 ਤੇ 2 50 50 3 16 ਨੂੰ 3 ਨਾਲ ਗੁਣਾ ਕਰਾਇਆ 48 48 ਤੇ 2 50 3 ਹੁਣ ਪਰਸੈਂਟੇਜ ਹਟਾਵਾਂਗੇ ਇਹਦਾ ਕੀ ਆ ਜਾਏਗਾ ਥੱਲੇ 100 ਆ ਜਾਏਗਾ ਤਾਂ 50 ਦੁਣਾ 100 ਮਤਲਬ 3 ਦੁਣਾ 6 ਮਤਲਬ ਆ ਕਿਹਦੇ ਬਰਾਬਰ ਹੈ 1 6 ਦੇ ਬਰਾਬਰ ਹੈ ਸਰ ਅਗਰ ਜਦ ਮੇਰੇ ਖਿਆਲ ਤੱਕ ਤੁਸੀਂ ਕਹਿ ਰਹੇ ਹੋ ਵੀ ਐਰੋਨ ਕੁਛ ਐ ਜੋ ਨਾਮ ਹੈਗਾ ਕਹਿੰਦੇ ਕਿ ਜਦੋਂ 베이스 ਮਜ਼ਬੂਤ ਹੋਊਗਾ ਤਾਂ ਹੀ ਮੈਥ ਆਊਗਾ ਬਿਲਕੁਲ ਸਹੀ ਗੱਲ ਹੈ ਵੀ 베이스 ਤੇ ਕਨਸੈਪਟ ਦੋਨੋਂ ਚੀਜ਼ਾਂ ਅਗਰ ਆਂਦੀਆਂ ਹੈ ਫਿਰ ਹੀ ਜਾ ਕੇ ਆਪਾਂ ਮੈਥ ਬਹੁਤ ਵਧੀਆ ਕਰ ਸਕਦੇ ਹਾਂ ਡਾਇਰੈਕਟ ਸ਼ੋਰਟ ਟ੍ਰਿਕ ਨਾਲ ਕਦੇ ਕੁਝ ਨਹੀਂ ਹੁੰਦਾ ਵੀ ਕਨਸੈਪਟ ਪਤਾ ਹੋਣਾ ਚਾਹੀਦਾ ਕਿ ਕਿਹੜੀ ਚੀਜ਼ ਕਿੱਥੋਂ ਬਣੀ ਰੱਟੇ ਨਹੀਂ ਮਾਰਨੇ ਕਿਸੇ ਵੀ ਚੀਜ਼ ਦੇ ਵੀ ਚਲੋ ਵੀ ਐਨੀ ਚੀਜ਼ ਕਲੀਅਰ ਹੋਏ ਤਾਂ ਮ ਅੱਗੇ ਚੱਲ ਰਿਹਾ ਵੀ ਹੁਣ ਇਹਨਾਂ ਦੇ ਵੀ ਆਪਸ ਵਿੱਚ ਗਰੁੱਪ ਹੁੰਦੇ ਹੈਗੇ ਫੋਰ ਐਗਜ਼ਾਮਪਲ ਅਗਰ ਮੈਂ ਗੱਲ ਕਰਾਂ ਮੌਨਰੇ ਜੋ 14 ਸੀ 2/7% ਨੂੰ ਚੈੱਕ ਕਰ ਰਿਹਾ ਹੈਗਾ ਦੇਖਦੇ ਜਾਓ ਹੁਣ ਤੁਹਾਨੂੰ ਪਤਾ ਨਾ 14 ਸੀ 2/7% 1/7 ਹੁੰਦਾ ਯਾਦ ਰੱਖਣਾ ਹੁਣ ਯਾਦ ਕਿਵੇਂ ਰੱਖਣਾ ਕਿ 12 ਤੇ 8 12 ਤੇ 8 ਹੁਣ ਜਿਵੇਂ ਜਿਵੇਂ ਅੱਗੇ ਚੱਲੋਗੇ 12 ਤੋਂ 14 ਤੇ ਆਉਂਗੇ ਉਧਰੋਂ ਘਟਣ ਲੱਗ ਜੂਗਾ ਦੇਖੋ 12 14 16 8 7 6 12 14 12 14 16 8 7 6 ਜਿਵੇਂ ਜਿਵੇਂ ਅੱਗੇ ਚੱਲੋਗੇ ਓਵੇਂ ਓਵੇਂ ਆ ਚੀਜ਼ ਘੜਦੀ ਜਾਏਗੀ ਹੁਣ ਯਾਦ ਰੱਖਣਾ 12 ਤੇ 8 12 ਤੇ 8 14 ਤੇ 7 16 ਤੇ 6 ਲੋ ਜੀ ਯਾਦ ਰੱਖਣ ਦਾ ਤਰੀਕਾ ਹੈਗਾ ਬਣਾ ਕੇ ਚੱਲਣਾ ਹੈਗਾ ਰੱਟੇ ਨਹੀਂ ਮਾਰਨੇ ਕੀ ਪਹਿਲੇ 12 ਵਾਲੀ ਯਾਦ ਕਰ ਲਈ ਫਿਰ 84 ਵਾਲੇ ਤੇ ਪਹੁੰਚ ਗਏ ਓਖਾ ਹੋ ਜਾਣਾ ਵੀ ਇੱਕੋ ਹੀ ਯਾਦ ਰੱਖ ਲਓ ਚਾਹੇ 12 ਤੇ 8 12 ਤੇ 8 14 ਤੇ 7 16 ਤੇ 6 ਲੋ ਵੀ ਯਾਦ ਹੋ ਗਿਆ ਚਲੋ ਵੀ ਅੱਗੇ ਚੱਲ ਰਹੇ ਆ ਵੀ ਹੁਣਾਂ ਦਾ ਗਰੁੱਪ ਬਣਾ ਕੇ ਦਿਖਾਣਾ ਤੁਹਾਨੂੰ 14 ਸੀ 2/7% ਦਾ ਗਰੁੱਪ ਕਿਵੇਂ ਬਣਦਾ ਆ ਚੀਜ਼ ਵੀ ਬਹੁਤ ਇੰਪੋਰਟੈਂਟ ਹੈ ਸੁਣ ਲਓ ਅਗਰ ਆ ਚੀਜ਼ ਬਹੁਤ ਇੰਪੋਰਟੈਂਟ ਹੈ ਸਾਰੀਆਂ ਫ੍ਰੈਕਸ਼ਨ ਜੋ ਹੈ ਬਹੁਤ ਇੰਪੋਰਟੈਂਟ ਹੈ ਅਗਰ ਆ ਵਧੀਆ ਤਰੀਕੇ ਨਾਲ ਆਣੀ ਤੁਹਾਨੂੰ ਕੈਲਕੂਲੇਸ਼ਨ ਕਰਨ ਦੀ ਜਰੂਰਤ ਨਹੀਂ ਕੋਈ ਵੀ ਵੀ ਕੀ ਬਾਈ ਦੇਖਦੇ ਆ ਵੀ ਚਲੋ ਆ ਜੋ ਦੇਖੋ ਹੁਣ ਮੈਂ ਗੱਲ ਕੀਤੀ 14 ਸਹੀ 2/7% ਦੀ ਹੁਣਾਂ ਦਾ ਗਰੁੱਪ ਬਣਾਣੇ ਦੇਖੋ ਤੁਸੀਂ ਦੇਖਦੇ ਜਾਓ ਗਰੁੱਪ ਕਿਵੇਂ ਬਣਦੇ ਆ ਮੈਂ ਤੁਹਾਨੂੰ ਸਾਰਿਆਂ ਅੱਜ ਦੀ ਕਲਾਸ ਦੇ ਵਿੱਚ ਯਾਦ ਕਰਾ ਦੇਣੀਆਂ ਨੇ ਸਸਰੀ ਗਾਲ ਵੀ ਸਸਰੀ ਗਾਲ ਸੈਸ਼ਨ ਨੂੰ ਸ਼ੇਅਰ ਕਰ ਦਿਓ ਵੀ 92 ਜਣੇ ਲਾਈਵ ਨੇ 77 ਹੀ ਲਾਈਕਸ ਨੇ ਲਾਈਕਸ ਕੱਟਨੇ ਵੀ ਲਾਈਕ ਕਰੋ ਫਟਾਫਟ ਸੈਸ਼ਨ ਨੂੰ ਆਜੋ ਵੀ 14 ਸਹੀ 2/7% ਹੁਣੇ ਆਪਾਂ ਕੱਢਿਆ ਕਿੰਨਾ ਹੁੰਦਾ 1/7 ਹੁੰਦਾ ਆਪਾਂ ਹੁਣੇ ਕੱਢ ਕੇ ਆਇਆ ਵਣੰਦਾ ਵੀ ਆਪਸ ਦੇ ਵਿੱਚ ਇੱਕ ਗਰੁੱਪ ਪੈ ਗਿਆ ਵੀ ਗਰੁੱਪ ਕਿਵੇਂ ਬਣੂਗਾ ਦੇਖੋ ਅਗਰ ਇਹਨੂੰ ਮੈਂ ਡਬਲ ਕਰਦਾ 14 ਨੂੰ ਡਬਲ ਕਰੂੰ ਕਿੰਨਾ ਹੋਊਗਾ 28 2 ਨੂੰ ਡਬਲ ਕਰੂੰ ਕਿੰਨਾ ਹੋਊਗਾ 4 7 ਹੈਗਾ ਹੀ ਹੈ ਪਰਸੈਂਟੇਜ ਲਾਤਾ ਬਰਾਬਰ ਚ ਕਿੰਨਾ ਦੇਖੋ ਕੁਝ ਨਹੀਂ ਕੀਤਾ ਮੈਂ 14 ਨੂੰ ਡਬਲ ਕੀਤਾ ਜਸਟ 28 ਤਾਂ 1 ਨੂੰ ਡਬਲ ਕਰ ਦੋ ਕਿੰਨਾ 2 ਇਹਦੇ ਵਾਸਤੇ ਕਿੰਨਾ ਹੋ ਜਾਏਗਾ ਵੀ 2 7 ਹੋ ਜਾਊਗਾ ਇਹਦੇ ਵਾਸਤੇ ਕਿੰਨਾ ਹੋ ਜਾਊਗਾ ਵੀ 2 7 ਹੋ ਜਾਊਗਾ 1/7 ਇਹ ਪੁਰਾਣਾ ਕਹਿ ਰਿਹਾ ਸ਼ਾਇਦ ਇਹਦਾ ਗਰੁੱਪ ਬਣਾਉਣ ਲੱਗਾ ਵੀ ਇਹਦਾ ਵੀ ਆਪਸ ਦੇ ਵਿੱਚ ਇੱਕ ਗਰੁੱਪ ਹੈਗਾ ਕਿ 1/7 ਵਾਲੀਆਂ ਜਿਹਦੇ niche 7 ਉਹਨਾਂ ਦਾ ਲਾ ਗਰੁੱਪ ਹੈ ਜਿਹਨਾਂ niche 85 ਉਹਨਾਂ ਦਾ ਲਾ ਗਰੁੱਪ ਹੈ 2/7 2/7 ਦੇਖੋ ਕੈਲਕੂਲੇਸ਼ਨ ਨਹੀਂ ਕਰਨੀ ਵੀ 200/7 ਕਹਿ ਰਿਹਾ ਕੀ ਕੁਝ ਨਹੀਂ ਕਰਨਾ ਇੱਕ ਯਾਦ ਹਾਂ ਦੇ ਨਾਲ ਬਹੁਤ ਸਾਰੀਆਂ ਯਾਦ ਹੋਣਗੀਆਂ ਦੇਖੋ 14 ਸਹੀ 2/7% 14 ਸਹੀ 2/7% 1/7 ਹੈ ਨਾ ਤਾਂ ਸਿੰਪਲ ਜੀ ਚੀਜ਼ ਧਿਆਨ ਰੱਖ ਲਓ ਤੁਹਾਨੂੰ ਪੇਪਰ ਦੇ ਵਿੱਚ ਆਏਗਾ ਵੀ 14 ਤੋਂ ਦੁੱਗਣਾ ਕੀਤਾ 8 ਤੋਂ ਦੁੱਗਣਾ ਕੀਤਾ 28 ਤਾਂ 1/7 ਸੀ ਨੂੰ ਦੁੱਗਣਾ ਕਰ ਦੋ 2/7 ਹੋ ਗਿਆ ਢਿੱਜ ਕੀ ਵੱਡੀ ਗੱਲ ਹੈ ਕਲੀਅਰ ਹੈ ਨਾ ਵੀ ਦਿਲਪ੍ਰੀਤ ਕੋ 2/7 ਵੈਰੀ ਗੁੱਡ ਵੀ ਬਹੁਤ ਵਧੀਆ ਚਲੋ ਵੀ ਹੁਣ ਅਗਰ ਮੈਂ ਇਹਦਾ ਹੀ ਅਗਲਾ ਪਾਰਟ ਬਣਾਵਾ ਤਾਂ ਤੁਸੀਂ ਖੁਦ ਤੋਂ ਵੀ ਬਣਾ ਸਕਦੇ ਹੋ ਵੀ ਐਸ ਤੋ ਅਗਲੀ ਫ੍ਰੈਕਸ਼ਨ ਕਿਹੜੀ ਹੋਏਗੀ ਇਸ ਗਰੁੱਪ ਦੇ ਵਿੱਚ ਹੁਣ ਇਹਨਾਂ ਨੂੰ ਅਗਰ 3 ਗੁਣਾ ਕਰਦਾ 14 ਨੂੰ 3 ਗੁਣਾ ਕਰਾਂਗਾ ਕਿੰਨਾ ਹੋਊਗਾ 42 ਨੂੰ ਤਿੰਨ ਗੁਣਾ ਕਰਾਂ ਕਿੰਨਾ ਹੋਊਗਾ 6 ਬਟਾ ਦੇ ਵਿੱਚ 7 ਹੁਣ ਇੱਕ ਆ ਫ੍ਰੈਕਸ਼ਨ ਹੁੰਦੀ ਹੈਗੀ ਹੈ 42 ਸਹੀ 6 ਬਟਾ 7% 42 ਸਹੀ 6 ਬਟਾ 7% ਤਾਂ ਇਹਨੂੰ ਆਪਾਂ ਕੀ ਲਿਖਾਂਗੇ ਕਿੰਨੇ ਗੁਣਾ ਕੀਤਾ 14 ਨੂੰ ਤਿੰਨ ਗੁਣਾ ਤਾਂ ਇੱਕ ਨੂੰ ਤਿੰਨ ਗੁਣਾ ਕਰ ਦੋ ਤਾਂ ਆ ਕਿਹਦੇ ਬਰਾਬਰ ਹੈ 3 ਬਟਾ 7 ਦੇ ਬਰਾਬਰ ਹੈ 3 ਬਟਾ 7 ਦੇ ਬਰਾਬਰ ਹੈ ਅਗਰ ਇਹ ਨਹੀਂ ਚੀਜ਼ ਸਮਝ ਆਈ ਹੋਵੇ ਤਾਂ ਥੰਮਸ ਅਪ ਕਰ ਦੋ ਵੀ ਫਟਾਫਟ ਅੱਗੇ ਚੱਲ ਰਹੇ ਹਾਂ ਸਰ ਰਿਪੀਟ ਕਰਿਓ ਜੀ ਦੇਖ ਲਓ ਵੀ ਕੁਝ ਨਹੀਂ ਹੈਗਾ ਵੀ ਅਗਰ ਇੱਕ ਯਾਦ ਹੈ ਕਿ 1/7 ਦੇ ਬਰਾਬਰ ਹੈ ਤਾਂ ਕੁਝ ਨਹੀਂ ਹੈਗਾ ਪੇਪਰ ਦੇ ਵਿੱਚ ਇੱਕ ਤੋਂ ਹੀ ਸਾਰੀਆਂ ਬਣੀਆਂ ਹੋਈਆਂ 1/7 ਦੇ ਬਰਾਬਰ ਹੈ 14 ਨੂੰ ਦੁਗਣਾ ਕਰੋਗੇ 28 14 ਨੂੰ ਦੁਗਣਾ ਕਰੋਗੇ 28 ਅਗਰ 28 ਵਾਲੀ ਆਂਦੀ ਹੈ 1/7 ਦੁਗਣਾ ਕਰ ਦੋ 2/7 ਹੋ ਜਾਏਗਾ ਇਹਨੂੰ 3 ਗੁਣਾ ਕਰੋਗੇ 42 ਆਊਗਾ ਇਹਨੂੰ 3 ਗੁਣਾ ਕਰੋਗੇ 42 ਆਊਗਾ ਤਾਂ 1/7 ਨੂੰ ਵੀ 3 ਗੁਣਾ ਕਰ ਦੋ ਕਿੰਨਾ ਆਜੂਗਾ 3/7 ਆਜੂਗਾ ਨਾ ਰੱਟੇ ਨਹੀਂ ਮਾਰਨੇ ਬਿਲਕੁਲ ਵੀ ਕਿਸੇ ਵੀ ਚੀਜ਼ ਰੱਟੇ ਨਹੀਂ ਮਾਰਨੇ ਹਰ ਚੀਜ਼ ਨੂੰ ਸਮਝ ਕੇ ਚੱਲਣਾ ਵੀ 99 ਦੀ ਵਾਚਿੰਗ ਹੈ ਵੀ 83 ਲਾਈਕ ਨੇ ਤੇ ਜਿਨ੍ਹਾਂ ਨੇ ਹਲੇ ਤੱਕ ਵੀ ਲਾਈਕ ਨਹੀਂ ਕੀਤਾ ਲਾਈਕ ਕਰ ਦਿਓ ਵੀ ਸੈਸ਼ਨ ਨੂੰ ਲਾਈਕ ਤੋਂ ਮੋਟੀਵੇਸ਼ਨ ਮਿਲਦੀ ਹੈ ਵੀ ਹੋਰ ਕੁਝ ਨਹੀਂ ਸਰ ਸੁਣ ਸੰਵੀ ਕਰਵਾ ਦਿਓ ਜੀ ਦੇਖੋ ਵੀ ਕੀ ਨਾਮ ਹੈ ਭਗਵਾਨ ਸਿੰਘ ਸੰਵੀ ਕਰਵਾਉਂਗਾ ਵੀ ਉਸ ਤੋਂ ਪਹਿਲੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਬੇਸਿਕ ਜ਼ਰੂਰੀ ਹੈ ਤਾਂ ਹੁਣ ਤੋਂ ਥੋੜੀ ਦੇਰ ਬਾਅਦ ਕੁਐਸਚਨ ਵੀ ਚੱਲਣਗੇ ਕੁਐਸਚਨ ਵੀ ਅਲੱਗ ਤਰੀਕੇ ਨਾਲ ਚੱਲਣਗੇ ਕਿ ਹਾਂ ਐਵੇਂ ਵੀ ਹੋ ਸਕਦਾ ਹੈ ਤਾਂ ਸਭ ਤੋਂ ਪਹਿਲਾਂ ਸ਼ੇਅਰ ਜ਼ਰੂਰ ਕਰੋ ਵੀ ਸਾਰਿਆਂ ਨੂੰ ਨਾਲ ਜੋੜੋ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਆਪਾਂ 56 ਵਾਲੀ ਨਹੀਂ ਆਏਗੀ ਵੀ ਉਹ ਅੱਗੇ ਚਲੇ ਜਾਏਗਾ ਚਲੋ ਵੀ ਠੀਕ ਹੈ ਡਨ ਅੱਗੇ ਚੱਲ ਰਹੇ ਆ ਵੀ ਹੁਣ ਅਗਰ ਮੈਂ ਫ੍ਰੈਕਸ਼ਨ ਬਣਾਵਾਂ ਅੱਗੇ ਦੀ ਠੀਕ ਹੈ ਬਹੁਤ ਸਾਰੇ ਫ੍ਰੈਕਸ਼ਨ ਹੈਗੇ ਮੈਂ ਫ੍ਰੈਕਸ਼ਨ ਤੇ ਤੁਹਾਨੂੰ ਪੀਡੀਐਫ ਦੇਵਾਂਗਾ ਖਾਸ ਤੌਰ ਤੇ ਪੀਡੀਐਫ ਹੈਗੀ ਆ ਪੀਪੀਟੀ ਲਾ ਦਾਂਗੇ ਪੀਡੀਐਫ ਪੇਜਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਸਾਰੀਆਂ ਲਿਖੀਆਂ ਹੋਣਗੀਆਂ ਪਹਿਲੇ ਸਮਝਦੇ ਰਹੋ ਕਾਪੀ ਪੈਨ ਲੈ ਕੇ ਹੱਥ ਚਲਾਉਂਦੇ ਰਹੋ ਚਲੋ ਵੀ ਹੁਣ ਅਗਰ ਮੈਂ ਗਰੁੱਪ ਦੇਖਾਂ ਦੇਖੋ ਇੱਕ ਹੁੰਦਾਗਾ 11 ਸਹੀ 1/9% ਇੱਕ चीज ਹਮੇਸ਼ਾ ਨੋਟ ਬਣਾ ਕੇ ਲਿਖ ਲਿਓ ਪਰ ਵੈਸੇ ਤਾਂ ਦੇਖੋ ਕੁਝ ਵੀ ਹੋ ਸਕਦਾ ਬਟ ਜੋ ਜ਼ਿਆਦਾਤਰ ਇੰਪੋਰਟੈਂਟ ਹੈਗੇ 99.99% ਕਹਾਂਗਾ ਵੀ ਹਮੇਸ਼ਾ कि जिदे नीचे जरा सब्र रखो भगवान सिंह हां जी बिल्कुल थोड़ा सा सब्र रखो भी सारी चीजें आण गई हैं जीरो तो लेके चलਾਂਗੇ ਤੇ ਹੀਰੋ ਬਣਾ ਕੇ ਛੱਡੂਗਾ ਕੋਈ ਵੀ ਕੁਐਸਚਨ ਆਪਾਂ ਮਿਸ ਨਹੀਂ ਕਰ ਦੇਗੇ ਲੋਬੀ 11 ਸੇ 1/9% ਹੈ ਕਿੰਨਾ ਹੋਊਗਾ ਬਣਾ ਕੇ ਦਿਖਾਓ 1/9 1/9 ਸਿਰ ਟੈਲੀਗ੍ਰam ਚੈਨਲ ਬਣਾ ਲਓ ਤੁਸੀਂ ਆਪਦਾ ਮਹਿਤਵ ਵਾਸਤੇ ਬਣਾਗਾ ਮੈਂ ਬਣਾਵਾਂਗੇ ਵੀ ਸਾਰਾ ਕੁਝ ਹੀ ਕਰਾਂਗੇ ਟੈਨਸ਼ਨ ਨਾ ਲਓ ਬਾਕੀ ਜੋ ਚੈਨਲ ਹੈਗਾ ਆਪਣਾ ਪੰਜਾਬ 247 ਦਾ ਉਹਨੂੰ ਜੁਆਇਨ ਕਰਕੇ ਰੱਖੋ ਉਹਦੇ ਵਿੱਚ ਪੀਡੀਐਫ ਪਾ ਸਕਦੇ ਕਦੋਂ ਵੀ ਜਾਂ ਇਹਦੇ YouTube ਦੇ ਨਾਲ ਜੋ ਲਿੰਕ ਹੋਏਗਾ ਇਹਦੇ ਨਾਲ ਅਟੈਚ ਕਰ ਦਾਂਗੇ ਕੋਈ ਦਿੱਕਤ ਨਹੀਂ ਗੱਲ ਦੀ ਵੀਡੀਓ ਥੱਲੇ ਵੱਧ ਤੋਂ ਵੱਧ ਸ਼ੇਅਰ ਕਰੋ ਵੀ ਉਹਨੇ ਵੱਧ ਤੋਂ ਵੱਧ ਤਰੀਕੇ ਆਣਗੇ ਤੁਹਾਨੂੰ ਕਿਉਂਕਿ ਮੈਂ ਉਸ ਚੀਜ਼ ਤੋਂ ਬਹੁਤ ਮੋਟੀਵੇਟ ਹੋਣਾ ਕੱਲ ਰਾਤ ਦੀ ਕਲਾਸ ਦੇ ਵਿੱਚ 300 ਬੱਚਾ ਪਲੱਸ ਲਾਈਵ ਸੀਗਾ ਉਹ 97 ਲਾਈਵ ਹੈਗੇ ਠੀਕ ਹੈ ਵੀ ਇੱਕ ਵਟਾ ਨੂੰ ਹਾਂ ਪਲੇਲਿਸਟ ਵੀ ਬਣੇਗੀ ਵੀ ਸਾਰਾ ਕੁਝ ਬਣੇਗਾ ਵੰਦਨਾ ਮੱਥੂਰੀਆ ਓਕੇ ਕਰਪੇ ਸਿੰਘ ਇੱਕ ਵਟਾ ਨੂੰ ਦੇਖੋ ਐਨੇ ਚ ਕਦੇ ਵੀ ਇੱਕ ਚੀਜ਼ ਧਿਆਨ ਨਾਲ ਸੁਣ ਲਓ ਨੋਟ ਕਰਕੇ ਲਿਖ ਲਿਓ ਪੂਰਾ ਗਰੁੱਪ ਐਵੇਂ ਹੀ ਯਾਦ ਕਰਵਾ ਦੂੰਗਾ 9 ਤੇ 11 ਦਾ ਦੇਖੋ ਮੈਂ ਥੋੜਾ ਜਿਆਦਾ ਲਿਖ ਲਿਆ ਦੋ ਗਰੁੱਪ ਬਣਾ ਰਿਹਾ ਬਰਾਬਰ ਦੇਖਦੇ ਜਾਓ ਦੇਖੋ ਕਿ 11 ਸਹੀ 1 ਵਟਾ 9% ਹੋ ਗਿਆ ਤੇ ਇੱਕ ਹੋ ਗਿਆ ਮੇਰੇ ਕੋਲੋਂ 9 ਸਹੀ 1 ਬਟੇ 11% ਦੋ ਚੀਜ਼ਾਂ ਹੋ ਗਈਆਂ ਦੋ ਚੀਜ਼ਾਂ ਹੋ ਗਈਆਂ ਦੇਖੋ 9 ਤੇ 11 ਹੈ 9 ਤੇ 11 ਹੈ ਤਾਂ ਕੁਝ ਨਹੀਂ ਕਰਨਾ ਅਗਰ ਨੀਚੇ 9 ਹੈ ਜਾਂ 11 ਹੈ ਤਾਂ ਕੁਝ ਨਹੀਂ ਕਰਨਾ ਜਸਟ ਐਵੇਂ ਦਾ ਐਵੇਂ ਹੀ ਬਾਹਰ ਆ ਜਾਏਗਾ ਕੋਈ ਕੈਲਕੂਲੇਸ਼ਨ ਨਹੀਂ ਕਰਨੀ ਮਤਲਬ 1 ਬਟਾ 9 ਹੈ ਤੇ 1 ਬਟਾ 9 ਚੋਕ ਕਰਕੇ ਲਿਖ ਦਿਓ ਆ 1 ਬਟਾ 9 ਦੇ ਬਰਾਬਰ ਹੈ ਆ 1 ਬਟਾ 9 ਦੇ ਬਰਾਬਰ ਹੈ नीचे 11 है, है तो 11 है तो चुप करके लिख दो भी या चीज किसके बराबर है 1/11 दे ही बराबर है कुछ नहीं करना ससरी काल भी ससरी काल हुन देखो कि 9 ਦਾ 11 ਆਪਸ ਚ ਇੱਕ ਜੋੜਾ ਹੈ ਕਪਲ ਹੈ ਇਹ ਸਮਝ ਲਓ ਕਿ 9 ਦਾ ਰਿਲੇਸ਼ਨ ਜੋ ਹੈ ਉਹ 11 ਨਾਲ ਹੈ ਤੇ 11 ਦਾ ਰਿਲੇਸ਼ਨ 9 ਨਾਲ ਹੈ ਠੀਕ ਹੈ ਦੇਖੋ ਹੁਣ ਅਗਰ 11 ਦਾ ਰਿਲੇਸ਼ਨ 9 ਨਾਲ 9 ਦਾ ਰਿਲੇਸ਼ਨ 11 ਨਾਲ ਦੇਖਦੇ ਜਾਓ ਮੰਗਰ 11 ਨੂੰ ਦੁਗਣਾ ਕਰੂੰਗਾ ਕਿੰਨਾ 22 22 2/9 22 2/9 ਕਿਦੇ ਬਰਾਬਰ ਹੋਏਗਾ ਵੀ 2/9 ਦੇ ਬਰਾਬਰ ਹੋਏਗਾ 11 ਨੂੰ 3 ਗੁਣਾ ਕਰਾ 11 3 33 33 3/9 ਜਿਹਨੂੰ 3/9 ਰਹੀ ਥਾਂ ਤੇ ਆਪਾਂ ਕੀ ਕਹਿ ਦਿੰਨੇ ਆ ਵੀ 1/3 ਕਹਿ ਦਿੰਨੇ ਆ ਤਾਂ ਆ ਚੀਜ਼ ਕਿਦੇ ਬਰਾਬਰ ਹੋਏਗੀ ਵੀ 1/3 ਦੇ ਬਰਾਬਰ ਹੀ ਹੋਏਗੀ ਚਾਹੇ ਤੁਸੀਂ 3/9 ਲਿਖ ਲੋ ਚਾਹੇ ਤੁਸੀਂ 1 ਵੱਡਾ 3 ਲਿਖ ਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਦੋਨੋਂ ਚੀਜ਼ਾਂ ਸੇਮ ਹੀ ਹੁੰਦੀਆਂ ਦੋਨੇ ਚੀਜ਼ਾਂ ਸੇਮ ਹੀ ਹੁੰਦੀਆਂ ਇੱਕ ਚੀਜ਼ ਚੰਨ ਚ ਰੱਖਿਓ 9 ਦਾ ਰਿਲੇਸ਼ਨ 11 ਨਾਲ 11 ਦਾ ਰਿਲੇਸ਼ਨ 9 ਨਾਲ ਵਾਰੀ ਵਾਰੀ ਕਰਿਆ ਦੇਖਦੇ ਜਾਓਗੇ ਲੋ ਵੀ ਹੁਣ 9 ਨੂੰ ਦੁਗਣਾ ਕਰੋ ਕਿੰਨਾ 18 1 ਨੂੰ ਦੁਗਣਾ ਕਰੋ 2 ਨੀਚੇ ਵਾਲੇ ਐਵੇਂ ਦਾ ਐਵੇਂ ਰਹਿਣ ਦਿਓ ਮਤਲਬ ਆਹ ਚੀਜ਼ ਕਿਤੇ ਬਰਾਬਰ ਹੋਗੀ 2/11 ਦੇ ਬਰਾਬਰ ਹੋਗੀ 2/ 11 ਦੇ ਬਰਾਬਰ ਹੋਗੀ 9 ਲਿਖਿਆ ਹੈ 11 ਲਿਖਿਆ ਹੈ نیچے 9 ਹੈ ਜਾਂ 11 ਐਜ਼ ਇਟ ਇਜ਼ ਬਾਹਰ ਆ ਜਾਏਗਾ ਐਵੇਂ ਦੀ ਐਵੇਂ ਬਾਹਰ ਆ ਜਾਏਗਾ ਕੋਈ ਕੈਲਕੂਲੇਸ਼ਨ ਨਹੀਂ ਕਰਨੀ ਹਮੇਸ਼ਾ ਅੱਗੇ ਦੇਖ ਕੇ ਚੱਲੋ ਵੀ ਹੁਣ ਦੇਖੋ ਹੁਣ ਮੈਂ ਇਧਰ ਵਾਲਾ ਦੇਖ ਰਿਹਾ ਤੁਸੀਂ ਇਧਰ ਵਾਲਾ ਬਣਾਣਾ ਹੈ ਇਧਰ ਵਾਲਾ ਬਣਾਣਾ ਹੈ ਦੇਖੋ ਮੈਂ ਲਿਖਿਆ ਹੈਗਾ 3/11 3/11 3/11 ਕਿਹਦੇ ਬਰਾਬਰ ਹੋਏਗਾ ਵੀ 3/11 ਕਿਹਦੇ ਬਰਾਬਰ ਹੋਏਗਾ ਲੋਵੀ 3/11 ਦੀ ਪਰਸੈਂਟੇਜ ਵੈਲਿਊ ਬਣਾ ਕੇ ਦੱਸੋ ਕਿ ਪਰਸੈਂਟ ਚ ਕਿੰਨਾ ਲਿਖਾਂਗੇ 3/11 ਨੂੰ ਫਟਾਫਟ ਵੀ ਹੁਣੇ ਦੱਸ ਕੇ ਗਿਆ 9 ਦਾ ਰਿਲੇਸ਼ਨ 11 ਨਾਲ 11 ਦਾ ਰਿਲੇਸ਼ਨ 9 ਨਾਲ ਦੇਖੋ ਕਿਵੇਂ ਬਣਾਣਾ ਵੀ ਇਸ ਚੀਜ਼ ਨੂੰ ਵੀ ਦੇਖ ਕੇ ਚਲੋ ਪਹਿਲੇ ਇਹਨਾਂ ਸਕਰੀਨਸ਼ਾਟ ਲੈਣਾ ਚਾਹੁੰਦਾ ਤੁਸੀਂ ਲੈ ਸਕਦੇ ਹੋ ਵੀ ਬਾਕੀ ਪੀਡੀਐਫ ਤੁਹਾਨੂੰ ਆਲਮੋਸਟ ਮਿਲ ਜਾਣੀ ਚਾਹੀਦੀ ਹੈ ਕਿਸੇ ਨੂੰ ਜਲਦੀ ਹੈ ਤਾਂ ਸਕਰੀਨਸ਼ਾਟ ਲੈ ਲਿਆ ਕਰੋ ਵੀ 27 3/11 ਬਹੁਤ ਵਧੀਆ ਵੀ ਹੁਣ ਕਿਸੇ ਨੂੰ ਅਗਰ ਨਹੀਂ ਬਣਾਣਾ ਆਂਦਾ ਤਾਂ ਕੀ ਕਰਦਾ ਗੁਣਾ 100 ਲਾ ਕੇ ਬਣਾਉਂਦਾ ਆਪਾਂ ਗੁਣਾ 100 ਨਹੀਂ ਲਾਣਾ ਕੈਲਕੂਲੇਸ਼ਨ ਸਾਰੀ ਖਤਮ ਕਰਾਂਗੇ ਬਿਲਕੁਲ 11 ਦਾ ਰਿਲੇਸ਼ਨ ਕਿਦੇ ਨਾਲ ਹੈ 9 ਨਾਲ ਹੈ ਤਾਂ 9 3 27 3/11 ਇਹ ਐਵੇਂ ਦਾ ਐਵੇਂ ਲਿਖਤਾ ਲੋ ਜੀ ਕਾਣੀ ਖਤਮ 9 ਦਾ ਰਿਲੇਸ਼ਨ 11 ਨਾਲ 11 ਦਾ ਰਿਲੇਸ਼ਨ 9 ਨਾਲ ਅਗਰ نیچے 11 ਹੈ ਤਾਂ 9 ਨਾਲ ਗੁਣਾ ਕਰਾ ਦਿਓ ਉੱਪਰ ਨੰਬਰ ਵਾਲੇ ਨੂੰ ਖਤਮ ਕਾਣੀ 27 3/11 ਕੈਲਕੂਲੇਸ਼ਨ ਸਾਰੀ ਖਤਮ ਕਰਾਂਗੇ ਸਟਾਰਟਿੰਗ ਦੀਆਂ ਕਲਾਸਾਂ ਸਾਰੀਆਂ ਲਾ ਲਓ ਪੇਡ ਵਿੱਚ ਵੀ ਆਉਂਗਾ ਐਪਲੀਕੇਸ਼ਨ ਤੇ ਵੀ ਆਉਂਗਾ ਸਭ ਜਗ੍ਹਾ ਤੇ ਆਉਂਗਾ ਤੁਹਾਡੇ ਨਾਲ ਪਿੰਟਵਾਰੀ ਦੇ ਨਵੇਂ ਬੈਚ ਵਿੱਚ ਜੁੜਾਂਗੇ ਵੀ ਕਨਸਟੇਬਲਜ਼ ਵੀ ਜੁੜਾਂਗੇ ਸਾਰੀਆਂ ਮੈਥ ਦੀ ਕਲਾਸਾਂ ਆਪਣੀ ਚਲਦੀਆਂ ਰਹਿਣਗੀਆਂ ਕੰਟੀਨਿਊ ਕੱਲ ਕਲੀਅਰ ਥੰਮਸ ਅਪ ਕਰ ਦੋ ਵੀ ਅੱਗੇ ਚੱਲ ਜਾਂ ਠੀਕ ਹੈ ਇਰੇਜ਼ ਕਰ ਰਹੇ ਆਂ ਵੀ ਆਈ ਗਿਆ ਸਕੇ ਕੁਐਸਚਨ ਠੀਕ ਹੈ ਹੁਣ ਬਣਾ ਕੇ ਦਿਖਾਓ ਅੱਗੇ ਮੈਂ ਜਿਵੇਂ ਜਿਵੇਂ ਲਿਖ ਰਿਹਾ ਤੁਸੀਂ ਬਣਾ ਕੇ ਦਿਖਾਣਾ ਮੈਂ ਲਿਖਿਆ 4/9 4/9 ਨੂੰ ਪਰਸੈਂਟੇਜ ਕਿੰਨਾ ਲਿਖਾਂਗੇ ਵੈਰੀ ਗੁੱਡ ਵੀ ਬਣਾ ਕੇ ਦਿਖਾਓ ਸ਼ਾਬਾਸ਼ ਫਟਾਫਟ ਬਣਾ ਕੇ ਦਿਖਾਓ ਸਰ ਪੇਡ ਵਿੱਚ ਵੀ ਤੁਸੀਂ ਕਰਵਾ ਦਿਆ ਕਰੋ ਹਾਂਜੀ ਪੇਡ ਵਿੱਚ ਵੀ ਜਲਦੀ ਹੀ ਕਲਾਸਾਂ ਆ ਰਹੀਆਂ ਹੈ ਤਾਂ ਟੈਨਸ਼ਨ ਨਾ ਲਓ ਪਹਿਲੇ ਤੁਸੀਂ ਬੇਸਿਕਸ ਆਫ ਦਾ ਅੱਛਾ ਕਰ ਲਓ ਪੇਡ ਵਿੱਚ ਕਲਾਸਾਂ ਮਿਲਣ ਗਿਆ ਹਰ ਇੱਕ ਚੀਜ਼ ਮਿਲੇਗੀ ਸੈਸ਼ਨ ਨੂੰ ਬਾਤ ਤੋਂ ਬਾਤ ਸ਼ੇਅਰ ਕਰ ਦਿਓ ਵੀ ਕੁਐਸਚਨ ਆਉਣ ਵਾਲੇ ਨੇ ਕੁਐਸਚਨ ਤੇ ਵੀ ਚੱਲਣ ਵਾਲੀਆਂ ਆਪਾਂ ਬਸ ਥੋੜੀ ਜੀ ਪ੍ਰੈਕਟਿਸ ਕਰਵਾ ਲਈ ਆ ਚੀਜ਼ ਤੇ ਕਿ ਹਾਂ ਥੋੜੀ ਅੱਛੀ ਹੋ ਜਾ ਵੈਰੀ ਗੁੱਡ ਮਾਰਨਿੰਗ ਵੀ ਸਾਰੇ ਟਾਈਮ ਤੇ ਜੁੜਿਆ ਕਰੋ ਵੀ 10 ਵਜੇ ਤੇ ਰਾਤੀ 8 ਵਜੇ 6695 44 4/9 ਨਵ ਵੈਰੀ ਗੁੱਡ ਵੀ ਬਹੁਤ ਵਧੀਆ ਇੱਕ ਅਨਸਰ ਆਇਆ ਸਕਾਈ ਪਵਨ ਆ ਗਿਆ ਵੀ 44 4/9 ਬਹੁਤ ਵਧੀਆ ਵੀ 36 4/9 ਨਹੀਂ ਆਏਗਾ ਵੀ ਦੇਖੋ ਕਿਵੇਂ उन 36 4/9 दे रहे आंसर गलत है का भी अगर नीचे 9 है तो ऊपर गुणा 11 ਦਾ ਹੋਏਗਾ اگر نیچے 11 ہے تو اوپر गुणा 9 ਦਾ ਹੋਏਗਾ ਐਨੀ ਗੱਲ ਯਾਦ ਰੱਖਣੀ ਹੈ ਕਿ 9 ਤੇ 11 ਇੱਕ ਦੂਜੇ ਦੇ ਸਾਥੀ ਹਨ اگر 9 ਹੈ ਤਾਂ ਉੱਪਰ 11 11 ਦਾ ਹੋਏਗਾ 11 4 44 ਹੁੰਦਾ ਵੀ 11 4 44 ਹੁੰਦਾ ਤੇ 4/9 ਨੂੰ ਐਵੇਂ ਚੁੱਪ ਕਰਕੇ ਲਿਖ ਦੋ ਵੀ ਆਂ ਚੀਜ਼ਾਂ ਦੇ ਬਰਾਬਰ ਹੈ ਐਨੇ ਪਰਸੈਂਟ ਅਨਸਰ ਆਏਗਾ ਵੀ ਕੈਲਕੂਲੇਸ਼ਨ ਨਹੀਂ ਕਰਨੀ ਮੈਂ ਵਾਰੀ ਵਾਰੀ ਕਹਿ ਰਿਹਾ ਕਿ ਅਸੀਂ ਵੀ ਚੀਜ਼ੀ ਕੈਲਕੂਲੇਸ਼ਨ ਨਹੀਂ ਕਰਾਂਗੇ ਬਿਨਾ ਕੈਲਕੂਲੇਸ਼ਨ ਚੀਜ਼ਾਂ ਦਿਮਾਗ ਦੇ ਵਿੱਚ ਫਿੱਟ ਹੋ ਜਾਣਗੀਆਂ ਚਲੋ ਵੀ ਹੋਰ ਬਣਾ ਕੇ ਦਿਖਾਓ ਵੀ ਮੈਂ ਲਿਖਤਾ ਤੁਹਾਨੂੰ ਮੈਂ ਥੋੜਾ ਜਿਹਾ ਵੱਡੇ ਲੈਵਲ ਤੇ ਚੱਲ ਰਹੇ ਅਸੀਂ ਤੁਹਾਡਾ ਬੇਸਿਕਸ ਬਹੁਤ ਵਧੀਆ ਹੋਣਾ ਚਾਹੀਦਾ ਵੀ ਲੋ ਵੀ ਮੈਂ ਲਿਖਤਾ 5/11 ਹੁਣ 5/11 ਕਿਹਦੇ ਬਰਾਬਰ ਹੋਏਗਾ ਵੀ ਵੈਰੀ ਗੁੱਡ ਵੀ ਬਹੁਤ ਵਧੀਆ ਵੀ 44 4/ਨੂੰ 5/11 ਕਿਹਦੇ ਬਰਾਬਰ ਹੋਊਗਾ ਵੀ ਫਟਾਫਟ ਦੱਸੋ ਵੀ ਸ਼ਰਨਪ੍ਰੀਤ ਕੋਰ ਠੀਕ ਹੈ ਬਹੁਤ ਵਧੀਆ ਪਲਵੀ ਵੈਰੀ ਗੁੱਡ ਵੀ ਸैम ਗਿਲ ਵੈਰੀ ਗੁੱਡ ਵੀ ਗੁਰਵਿੰਦਰ ਕੋਰ ਵੈਰੀ ਗੁੱਡ ਗੁਰਪ੍ਰੀਤ ਸਿੰਘ ਬਹੁਤ ਵਧੀਆ ਬਿਸ਼ਾਸ਼ 45 5/11 ਵੈਰੀ ਗੁੱਡ ਵੀ ਬਹੁਤ ਵਧੀਆ ਵੀ 45 5/11 ਦੇਖਦੇ ਹੀ ਅਨਸਰ ਆਨੇ ਚਾਹੀਦੇ ਵੀ ਰੋਸ਼ਨੀ ਸ਼ਰਮਾ ਨੇ 95/11 ਕਿਵੇਂ ਆਊਗਾ ਵੀ نیچے ਗੁਣਾ ਨਹੀਂ ਕਰਨਾ ਗੁਣਾ ਉੱਪਰ ਕਰਵਾਣਾ نیچے ਗੁਣਾ ਕਰਵਾ ਰਹੇ ਹੋਗੇ ਤੁਸੀਂ ਬਹੁਤ ਵਧੀਆ 45 5/11 ਕਮੈਂਟ ਰੁਕਣੇ ਨਹੀਂ ਚਾਹੀਦੇ ਸ਼ੇਅਰ ਰੁਕਣਾ ਨਹੀਂ ਚਾਹੀਦਾ ਸ਼ੇਅਰ ਕਰ ਦਿਓ ਵੀ ਫਟਾਫਟ ਸੈਸ਼ਨ ਨੂੰ ਵੀ ਹੁਣ ਦੇਖੋ 5/11 ਹੈ نیچے 11 ਹੈ ਤਾਂ ਮਤਲਬ ਗੁਣਾ ਕਿਹਦਾ ਕਰਾਣਾ 9 ਦਾ ਗੁਣਾ ਕਰਾਣਾ ਹੈ ਤਾਂ 9 5 45 9 5 45 ਤਾਂ ਹੁਣ ਇਹਨੂੰ ਐਵੇਂ ਦਾ ਐਵੇਂ ਲਿਖਤਾ ਮਤਲਬ ਆਹ ਚੀਜ਼ ਕਿਹਦੇ ਬਰਾਬਰ ਹੈ 45 5/11% ਦੇ ਬਰਾਬਰ ਹੈ ਬਹੁਤ ਵਧੀਆ ਵੀ ਸੈਸ਼ਨ ਨੂੰ ਸ਼ੇਅਰ ਕਰੋ ਵੀ 112 ਦੇ ਪਹੁੰਚ ਚੁੱਕੇ ਆ 150 ਟਾਰਗੇਟ ਹੈ ਆਪਣਾ ਅੱਜ ਦਾ 5 ਮਿੰਟਾਂ ਦੇ ਵਿੱਚ 26 27 ਮਿੰਟ ਦੀ ਕਲਾਸ ਹੋਈ ਹੈ 5 ਮਿੰਟਾਂ ਦੇ ਵਿੱਚ 150 ਕਰ ਦੋ ਵੀ ਕੁਐਸਚਨ ਆਣ ਜਾ ਰਹੇ ਹੈਗੇ ਲੋ ਵੀ ਅਗਰ ਮੈਂ ਗੱਲ ਕਰਾਂ ਲੋ ਇੱਕ ਹੋਰ ਲੋ 7/9 ਕਿਹਦੇ ਬਰਾਬਰ ਹੋਊਗਾ ਵੀ ਫਟਾਫਟ ਆਂਸਰ ਆਣਾ ਥੀ ਦੇ 7/9 ਕਿਹਦੇ ਬਰਾਬਰ ਹੋਊਗਾ ਵੀ ਪਰਸੈਂਟੇਜ ਉਹ ਦੱਸਣਾ ਦੋਨੋਂ ਚੀਜ਼ਾਂ ਆਣੀਆਂ ਚਾਹੀਦੀਆਂ ਕਿ ਹਾਂ ਚੀਜ਼ ਦੀ ਵੈਲਿਊ ਹੈ ਚੀਜ਼ ਦੀ ਵੈਲਿਊ ਹੈ 7/9 ਕਿਹਦੇ ਬਰਾਬਰ ਹੋਏਗਾ ਵੀ ਵੈਰੀ ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ ਵੀ 7/9 ਕਿਹਦੇ ਬਰਾਬਰ ਹੋਏਗਾ ਵੀ ਵੀ ਫਟਾ ਤਾਂ ਫਟਾਫੜ ਸੈਸ਼ਨ ਨੂੰ ਲਾਈਕ ਜਰੂਰ ਕਰਿਆ ਕਰੋ ਵੀ 119 ਲੋਕ ਦੇਖ ਰਹੇ 106 ਹੀ ਲਾਈਕ ਹੈ ਲਾਈਕ ਤੇ 77 7/9 ਵੈਰੀ ਗੁੱਡ ਵੀ ਸਾਰਿਆਂ ਨੇ ਅਨਸਰ ਆ ਗਏ ਵੀ ਲਾਈਵ ਤੇ ਲਾਈਕ ਬਰਾਬਰ ਹੋਣੇ ਚਾਹੀਦੇ ਵੀ ਸਾਰਿਆਂ ਦੇ ਬਹੁਤ ਵਧੀਆ ਵੀ ਵੈਰੀ ਗੁੱਡ 77 7/9 ਕੁਝ ਨਹੀਂ ਕਰਨ ਦੀ ਲੋਡ ਪਰਸੈਂਟੇਜ ਨਹੀਂ ਕਾਲਨੀ ਅਗਰ ਮੈਂ ਤੁਹਾਨੂੰ ਵੈਸੇ ਹੀ ਨਿਕਾਲ ਕੇ ਦਿਖਾਵਾਂ ਤਾਂ ਵੈਸੇ ਵੀ ਨਿਕਾਲ ਕੇ ਦੇਖਾਂਗੇ ਵੀ ਆਪਾਂ ਚੀਜ਼ ਨੂੰ ਕਿਹਾ ਵੈਸੇ ਕੀ ਵੀ ਨਿਕਾਲਣਾ ਇਹਨੂੰ ਮਨ ਕੁਝ ਨਹੀਂ ਕਰਨਾ نیچے 9 ਹੈ ਤਾਂ ਉੱਪਰ ਗੁਣਾ 11 ਦਾ 11 ਸਤੇ 77 ਆ ਐਜ਼ ਇਟ ਇਜ਼ ਲਿਖ ਦਿਓ ਬਸ ਕਹਾਣੀ ਖਤਮ ਕਹਾਣੀ ਖਤਮ ਤਾਂ ਇਹ ਚੀਜ਼ ਕਿਦੇ ਬਰਾਬਰ ਹੋ ਜਾਏਗੀ 77 ਸਹੀ 7/9 ਦੇ ਬਰਾਬਰ ਹੋ ਜਾਏਗੀ ਹੁਣ ਤੁਹਾਨੂੰ ਪਤਾ ਹੀ ਹੈ ਕਿ ਪਟਵਾਰੀ ਜੋ ਪਟਵਾਰੀ ਦਾ ਫਾਰਮ ਭਰਨਾ ਚਾਹੁੰਦੇ ਨੇ ਤਾਂ ਪਟਵਾਰੀ ਵਾਸਤੇ ਮੈਂ ਕੱਲ ਹੀ ਮੈਡ ਦਾ ਐਕਸਪੈਕਟਿਡ ਸਿਲੇਬਸ ਦੇ ਕੇ ਗਿਆ ਸੀਗਾ ਮੈਂ ਕਿਹਾ ਵੀ ਸੀ ਕਿ ਅੱਜ ਜਾਂ ਕੱਲ ਦੇ ਵਿੱਚ ਇਹਦਾ ਨੋਟੀਫਿਕੇਸ਼ਨ ਆਉਣ ਵਾਲਾ ਹੈ ਤਾਂ ਨੋਟੀਫਿਕੇਸ਼ਨ ਆ ਚੁੱਕਾ ਹੈ ਵੀ ਤਾਂ ਛੇਤੀ ਤੋਂ ਛੇਤੀ ਪਹਿਲਾਂ ਕਿ ਤੁਸੀਂ ਆਪਦਾ ਫਾਰਮ ਭਰ ਲਓ ਵੀ 122 ਹੋਗੇ ਵੀ ਲਾਈਵ ਫਟਾਫਟ 150 ਕਰੋ ਵੀ ਕੁਐਸਚਨ ਵੀ ਆਉਣ ਵਾਲੇ ਨੇ ਲਗਦਾ ਮੈਥ ਪੱਲੇ ਪੈ ਦੇ ਬਿਲਕੁਲ ਪੱਲੇ ਪਏਗਾ ਵੀ ਤੁਸੀਂ ਆਪ ਦੇ ਆਪ ਤੇ ਵਿਸ਼ਵਾਸ ਰੱਖਣਾ ਹੈ ਤੇ ਮੇਰੇ ਤੇ ਰੱਖਣਾ ਹੈ। ਭਰੋਸਾ ਰੱਖਿਓ ਮੈਥ ਬਿਲਕੁਲ ਜ਼ੀਰੋ ਤੋਂ ਹੀਰੋ ਹੋ ਜਾਏਗਾ ਵੀ। ਮੈਂ ਤਾਂ ਭਰਤਾ ਜੀ ਫਾਰਮ ਵੈਰੀ ਗੁੱਡ ਵੀ। ਪੰਜਾਬ ਪੁਲਿਸ ਕਨਸਟੇਬਲ ਸ਼ਾਮੀ 8 ਵਜੇ ਕਲਾਸ ਹੋਏਗੀ ਵੀ ਉਹਦੇ ਚ ਵੀ ਜੁੜਨਾ ਸਾਰਿਆਂ ਨੇ। ਕਦੇ ਵੀ ਇੱਕ ਚੀਜ਼ ਧਿਆਨ ਰੱਖਿਓ ਵੀ ਕਿੱਥੋਂ ਵੀ ਮੈਂ ਪਾੜਨ ਮੈਂ ਨਹੀਂ ਕਹਿ ਰਿਹਾ ਕੋਈ ਵੀ ਟੀਚਰ ਮਾੜਾ ਹੈਗਾ ਸਾਰੇ ਟੀਚਰ ਬਹੁਤ ਵਧੀਆ ਕਰਵਾਉਂਦੇ ਆ ਬਟ ਇੱਕ ਚੀਜ਼ ਦਾ ਹਮੇਸ਼ਾ ਧਿਆਨ ਰੱਖਿਓ ਕਿ ਲੈਵਲ ਆਫ ਦਾ ਥੋੜਾ ਜਿਹਾ ਅੱਛਾ ਸਿੱਖ ਕੇ ਚੱਲਿਓ ਕਿ ਅਗਰ ਤੁਸੀਂ ਐਨਾ ਆਰਿਆ ਪੇਪਰ ਦੇਵੇ ਤੂੰ ਤੁਹਾਨੂੰ ਐਨਾ ਕਰਨਾ ਪਏਗਾ ਕਿ ਤਾਂ ਵੀ ਕੋਈ ਵੀ ਕੁਐਸਚਨ ਗਲਤ ਨਾ ਹੋਵੇ ਐਸਆਈਡੀਆਰੀ ਪੋਸਟ ਓਕੇ ਵੀ ਚਲਿਏਗੇ தம்ਸ ਅਪ ਕਰ ਦਿਓ ਵੀ ਫਟਾਫਟ ਮੁੰਦੇ ਕੋ ਅਗਰ ਵੈਸੇ ਕਰਨਾ ਹੋਵੇ ਇਹਨੂੰ ਤਾਂ ਵੈਸੇ ਕਿੰਨਾ ਟਾਈਮ ਲੱਗਦਾ ਦੇਖੋ 7/9 ਕੱਢਣਾ ਹੋਵੇ ਪਰਸੈਂਟੇਜ ਚ ਕੱਢਣਾ ਹੋਵੇ ਤਾਂ 100 ਦਾ ਗੁਣਾ ਕਰਾਉਣਾ ਹੁੰਦਾ ਤਾਂ ਫਿਰ ਕੀ ਕਵਾਂਗੇ ਕਿ 100 ਨੂੰ 7 ਨਾਲ ਗੁਣਾ ਕਰਾਵਾਂਗੇ 700 700 ਦਾ ਫਿਰ 9 ਨਾਲ ਵਾਗ ਕਰਾਵਾਂਗੇ ਬਹੁਤ ਲੰਬਾ ਚੱਲਿਆ ਜਾਏਗਾ ਆਪਾਂ ਐਵੇਂ ਹੀ ਕੱਢਤਾ ਫਟੇ ਸਰ ਦੀ ਵੀ ਕਲਾਸ ਲੱਗ ਰਹੀ ਹੈ ਮੈਥ ਦੀ ਵੀ ਹਾਂਜੀ ਸਾਰੀਆਂ ਕਲਾਸਾਂ ਲੱਗ ਰਹੀਆਂ ਤੁਸੀਂ ਸਾਰੀਆਂ ਕਲਾਸਾਂ ਚ ਇੱਕੋ ਟਾਈਮ ਤੇ ਨਹੀਂ ਜਾ ਸਕਦੇ ਤਾਂ ਸਾਰੇ ਸਰ ਟੀਚਰਸ ਦੀਆਂ ਕਲਾਸਾਂ ਦੇਖਣੀ ਹੈ ਕੁਝ ਰਿਕਾਰਡਡ ਦੇਖ ਲਓ ਜਿਹਦੀ ਲਾਈਵ ਦੇਖਣੀ ਹੈ ਉਹ ਲਾਈਵ ਦੇਖ ਲਓ ਸਾਰੀਆਂ ਕਲਾਸਾਂ ਦੇਖੋ ਵੀ ਫਟਾਫਟ ਸੈਸ਼ਨ ਨੂੰ ਸ਼ੇਅਰ ਕਰ ਦਿਓ ਵੀ ਕੁਐਸਚਨ ਵੀ ਆਉਣ ਵਾਲੇ ਨੇ ਐਨੀ ਚੀਜ਼ ਕਲੀਅਰ ਹੋ ਗਈ ਹੋਵੇ ਤਾਂ ਮੈਂ ਅੱਗੇ ਲੈ ਕੇ ਜਾ ਰਿਹਾ ਵੀ ਚਲੋ ਵੀ ਲੋਬੀ ਹੁਣ ਤੋੜਦੇ ਵਾਸਤੇ ਸਕਰੀਨਸ਼ਾਟ ਲੈਂਦੇ ਜਾਓ ਬਾਕੀ ਪੀਡੀਐਫ ਮੈਂ ਤੁਹਾਨੂੰ ਪ੍ਰੋਵਾਈਡ ਕਰਵਾ ਦੂੰਗਾ ਸਾਰਿਆਂ ਦੀ ਇਹ ਜੋ ਮੈਂ ਹੁਣੇ ਜੋ ਕਰਵਾ ਕੇ ਗਿਆ ਉਸੇ ਦਾ ਹੀ ਮੈਟਰ ਹੈਗਾ ਕਿ 1/2 ਕਿਹਦੀ ਵੈਲਿਊ ਹੈ 50% ਦੀ ਵੈਲਿਊ ਹੈ 1/3 ਕਿਹਦੀ ਵੈਲਿਊ ਹੈ 33 ਸਹੀ 1/3% ਦੀ ਵੈਲਿਊ 2/3 ਨੂੰ ਆਪਾਂ ਕੀ ਲਿਖਦੇ ਆਗੇ 66 ਸਹੀ 2/3% ਲਿਖਦੇ ਆ 1/4 ਨੂੰ ਕੀ ਲਿਖਦੇ ਆ 1/5 ਨੂੰ ਕੀ ਲਿਖਦੇ ਆ ਗਿਆ ਸਕਰੀਨਸ਼ਾਟ ਲੈਂਦੇ ਜਾਓ ਵੀ ਸਕਰੀਨਸ਼ਾਟ ਨਹੀਂ ਲੈਣੇ ਤਾਂ ਮੈਂ ਪੀਡੀਐਫ ਵੀ ਪ੍ਰੋਵਾਈਡ ਕਰਵਾ ਦੂੰਗਾ ਪਰ ਜਿਨ੍ਹਾਂ ਨੂੰ ਜਲਦੀ ਹੈਗੇ ਨੋਟਸ ਬਣਾਣੇ ਹੈਗੇ ਸਕਰੀਨਸ਼ਾਟ ਲੈ ਲਓ ਵੀ पी डी एफ दे देंगे भी हर एक तोनु क्लास की पी डी एफ मिलेगी चलो भी लो भी स्क्रीनशॉट ला लो भी हर एक फ्रैक्शन जो इंपोर्टेंट फ्रैक्शन हैगी है <coughs> ਲਾਈਟ ਇਹ ਹੁੰਦਾ ਵੀ ਤੁਹਾਡਾ ਕੋਈ ਵੀ ਡਾਊਟ ਹੈ ਮੈਂ ਤਾਂ ਤੁਸੀਂ ਇੱਥੇ ਪਾ ਸਕਦੇ ਹੋ ਮੈਂ ਉਹਨੂੰ ਸੋਲ ਕਰ ਦੂੰਗਾ ਵੀ ਨਾਲ ਦੇ ਨਾਲ ਤੁਹਾਡਾ ਆਂਸਰ ਦਿੱਤਾ ਜਾਊਗਾ ਚਲੋ ਵੀ ਸਕਰੀਨਸ਼ਾਟ ਲੈਂਦੇ ਜਾਓ ਵੀ ਚਲੋ ਆ ਜੋ ਹੁਣੇ ਕਰਵਾ ਕੇ ਗਿਆ 1/6 ਦੀ ਵੈਲਿਊ ਕਿੰਨੀ ਹੈ 16 ਸਹੀ 2/3% ਹੈ 2/7 ਦੀ ਵੈਲਿਊ ਕਿੰਨੀ ਹੈ 28 ਸਹੀ 4/7% ਹੈ 3/7 12 ਸੇ ਸਭ ਹੈਗੀਆਂ ਵੀ ਜੋ ਮੈਂ ਤੁਹਾਨੂੰ ਹੁਣੇ ਕਰਵਾ ਕੇ ਗਿਆ ਉਹੀ ਨੇ ਸਾਰੀਆਂ スクリーンショット ਲੈਣਾ ਮੈਂ ਇਹਨਾਂ ਨੂੰ ਹਟਾ ਦੇਣਾ ਵੀ ਪ੍ਰੋਪਰ ਸਕਰੀਨਸ਼ਾਟ ਲੈ ਲਓ ਵੀ ਗਰੁੱਪ ਬਣਾ ਲਓ ਸਰ ਟੈਲੀਗ੍ਰਾਮ ਬਣਾਵਾਂਗੇ ਵੀ ਗਰੁੱਪ ਵੀ ਬਣਾਵਾਂਗੇ ਟੈਨਸ਼ਨ ਨਾ ਲਓ ਤੁਹਾਨੂੰ ਕੰਟੈਂਟ ਬਹੁਤ ਦੇ ਦੂੰਗਾ ਵੀ ਪੀਡੀਐਫ ਬਹੁਤ ਸਾਰੀ ਜੋ ਪ੍ਰੈਕਟਿਸ ਵਾਸਤੇ ਵੀ ਦੇ ਦੂੰਗਾ ਸਾਰੀਆਂ ਚੀਜ਼ਾਂ ਟੈਨਸ਼ਨ ਨਾ ਲਓ ਬਸ ਕਿਸੇ ਚੀਜ਼ ਦੇ ਬੇਸਿਕਸ ਸੱਚੇ ਕਰੋ ਵੀ ਇਹ ਮੰਨ ਕੇ ਚੱਲੋ ਕਿ ਪਾਈ ਤੋਂ 6 ਦਿਨ ਦੇ ਵਿੱਚ 7 ਦਿਨ ਦੇ ਵਿੱਚ ਤੁਹਾਡੇ ਪੂਰੇ ਬੇਸਿਕਸ ਕਲੀਅਰ ਹੋਣਗੇ ਤੁਹਾਨੂੰ ਅੰਡਰਰੂਟ ਤੋੜਨਾ ਅੰਡਰਰੂਟ ਬਣਾਉਣਾ ਪਾਵਰ ਤੋੜਨੀ ਪਰਸੈਂਟੇਜ ਕੱਢਣੀ ਛੋਟੇ ਤੋਂ ਲੈ ਕੇ ਵੱਡੇ ਵੱਡੇ ਚੀਜ਼ਾਂ ਸਾਰੀਆਂ ਆਣ ਲੱਗ ਜਾਣਗੀਆਂ x ਦੀ ਵੈਲਿਊ ਕੱਢਣੀ ਹੈ ਉਹ ਜੋ ਕੁਸ਼ਨ ਵੀ ਆਨੇ ਸਿੰਪਲੀਫਿਕੇਸ਼ਨ ਦੇ ਵਿੱਚ ਉਹਦੀ ਵੀ ਗੱਲ ਕਰਾਂਗੇ ਰਾਸਿਕ ਦੀ ਕਲਾਸ ਓਕੇ 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 ਠੀਕ ਹੈ ਵੀ ਲੋ ਵੀ ਲੋ 1/9 ਵਾਲੀ ਵੀ ਆ ਗਈ 2/9 ਵਾਲੀ ਵੀ ਆ ਗਈ ਸਾਰੀਆਂ ਆ ਗਈਆਂ ਵੀ ਸਕਰੀਨਸ਼ਾਟ ਲੈ ਲਿਓ ਵੀ ਇਹ ਜੋ ਹੁਣੇ ਕਰਵਾ ਕੇ ਗਿਆ ਸਾਰੀਆਂ ਉਹੀ ਨੇ ਵੀ ਲੋ ਵੀ ਪਹਿਲਾ ਕੁਐਸਚਨ ਪਹਿਲਾ ਕੁਐਸਚਨ ਬਿਲਕੁਲ ਬੇਸਿਕ ਤੋਂ ਚੱਲਾਂਗੇ ਵੀ ਮੈਂ ਥੋੜੇ ਤੋਂ ਹੀ ਮੈਚ ਸਟਾਰਟ ਕੀਤਾ ਜੀ ਆਕਾਸ਼ ਟਿਪ ਕੋਰ ਠੀਕ ਹੈ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਕੀ ਮੈਚ ਸਟਾਰਟ ਕੀਤਾ ਬਿਲਕੁਲ ਆਪਾਂ ਬੇਸਿਕ ਤੋਂ ਹੀ ਚੱਲ ਰਹੇ ਹਾਂ ਤੇ ਬਹੁਤ ਅੱਛੇ ਲੈਵਲ ਤੇ ਤੁਹਾਨੂੰ ਲੈ ਕੇ ਜਾਊਂਗਾ ਵੀ ਚੱਲੋ ਵੀ ਆਜੋ ਕੁਐਸਚਨ ਕਰੀਏ ਕੁਐਸਚਨ ਕਦੇ ਵੀ ਕਰੋ ਪਹਿਲੇ ਗੱਲ ਸੁਣ ਲਓ ਕੁਐਸਚਨ ਕਰਨ ਤੋਂ ਪਹਿਲੇ ਕੀ ਜਦੋਂ ਵੀ ਤੁਸੀਂ ਕੁਐਸਚਨ ਕਰ ਰਹੇ ਹੋ ਸਭ ਤੋਂ ਪਹਿਲਾਂ ਕੁਐਸਚਨ ਨੂੰ ਪੂਰਾ ਪੜਨਾ ਹੈ ਜਿਨ੍ਹਾਂ ਨੇ ਹਲੇ ਸਟਾਰਟ ਕੀਤਾ ਹੈ ਜੋ ਫ੍ਰੈਸ਼ਰ ਹੈ ਉਹਨਾਂ ਨੇ ਸਭ ਤੋਂ ਪਹਿਲਾਂ ਕੁਐਸਚਨ ਨੂੰ ਪੂਰਾ ਪੜਨਾ ਹੈ ਕਹਿਣਾ ਕੀ ਚਾਰਿਆ ਇਹਦਾ ਮਤਲਬ ਪਤਾ ਹੋਣਾ ਚਾਹੀਦਾ ਵੀ ਕਹਿਦਾ ਕਹਿਣਾ ਕੀ ਚਾਰਿਆ ਇਹਦਾ ਮਤਲਬ ਪਤਾ ਹੋਣਾ ਚਾਹੀਦਾ ਵੀ ਲੋ ਵੀ ਜ਼ੂਮ ਦਾ ਕਹਿ ਰਿਹਾ ਮੈਂ ਜ਼ੂਮ ਵੀ ਕਰ ਦਿੰਦਾ ਵੀ ਠੀਕ ਹੈ ਸਟੇਟਮੈਂਟ ਪੜਨੀ ਹੈ ਵੀ ਪੂਰੀ ਸਟੇਟਮੈਂਟ ਦੇ ਵਿੱਚ ਕੀ ਕਹਿਣਾ ਚਾ ਰਿਹਾ ਹੈ ਦਾ ਮਤਲਬ ਪਤਾ ਹੋਣਾ ਚਾਹੀਦਾ ਛੋਟੀ ਤੋਂ ਲੈ ਕੇ ਛੋਟੀ ਗੱਲ ਕਰਾਂਗੇ ਤੁਸੀਂ ਫਾਜ਼ਿਲਕਾ ਤੇ ਹੁਣ ਨਹੀਂ ਜੀ ਮੈਂ ਫਾਜ਼ਿਲਕਾ ਦਾ ਨਹੀਂ ਆ ਵੀ 125 ਅਨਸਰ ਕਰ ਰਿਹਾ ਵੀ ਚਲੋ ਵੀ ਦੇਖਦੇ ਹਾਂ ਦੇਖੋ ਕੁਐਸਚਨ ਪੜੋ ਪਹਿਲੇ ਪੂਰਾ ਕਹਿ ਰਿਹਾ ਜੇਕਰ xy ਦਾ 80% ਹੈ x y ਦਾ 80% ਹੈ ਹੁਣ ਕਈਆਂ ਨੇ 100 ਮੰਨ ਕੇ ਕੀਤਾ ਹੋਣਾ ਕਈਆਂ ਨੇ ਫ੍ਰੈਕਸ਼ਨ ਨਾਲ ਕੀਤਾ ਹੋਣਾ ਦੋਨੋਂ ਤਰੀਕੇ ਨਾਲ ਦੇਖਾਂਗੇ ਕਹ ਰਿਹਾ ਜੇਕਰ ਇੱਕ ਦੋ ਜਨੇ ਹੈ ਇੱਕ ਤਾਂ ਐਕਸ ਹੈਗਾ ਇੱਕ ਵਾਈ ਹੈ ਇੱਕ ਤਾਂ ਐਕਸ ਹੈਗਾ ਇੱਕ ਵਾਈ ਹੈ ਕਹ ਰਿਆ ਗਿਆ ਕਿ ਐਕਸ ਜੋ ਹੈ ਵਾਈ ਦਾ 80% ਹੈ ਤਾਂ ਜਿਨ੍ਹਾਂ ਦਾ ਬੇਸਿਕ ਵੀਕ ਹੈ ਉਹਨਾਂ ਵਾਸਤੇ ਦੱਸਦਾ ਜਿਹਦੇ ਨਾਲ ਨੋਟ ਕਰ ਲਿਓ ਗੱਲ ਜਿਹਦੇ ਨਾਲ ਇੱਕ ਤਾਂ ਦਾ ਤੇ ਜਿਹਦੇ ਨਾਲ ਇੱਕ ਤੋਂ ਲੱਗਿਆ ਹੋਵੇ ਜਿਹਦੇ ਨਾਲ ਤੋਂ ਲੱਗਿਆ ਹੋਵੇ ਉਹ ਹਮੇਸ਼ਾ ਚੀਜ਼ ਬੱਟਾ ਦੇ ਵਿੱਚ ਆਉਂਦੀ ਹੈ ਉਹਨੂੰ ਕੁਝ ਨਾ ਕੁਝ ਮੰਨਿਆ ਜਾ ਸਕਦਾ ਹੈ ਜਿਹਦੇ ਨਾਲ ਦਾ ਤੋਂ ਇਹੋ ਜਿਹੀ ਚੀਜ਼ਾਂ ਲੱਗੀਆਂ ਮਿਲ ਜਾਣ ਉਹਨੂੰ ਕੁਝ ਨਾ ਕੁਝ ਮੰਨਿਆ ਜਾ ਸਕਦਾ ਹੈ ਕਹਿ ਕੀ ਰਿਹਾ ਜੇਕਰ x y ਦਾ 80% ਹੈ ਦਾ ਕਿਹਦੇ ਨਾਲ ਲੱਗਿਆ y ਨਾਲ ਤਾਂ y ਨੂੰ ਕੁਝ ਵੀ ਮੰਨ ਲਓ ਮੰਨ ਲਓ y ਕਿੰਨਾ ਹੈ 100 ਹੈ ਤਾਂ x ਕਿੰਨਾ ਹੋਏਗਾ 80% ਹੈ ਮਤਲਬ x ਕਿੰਨਾ ਹੋਏਗਾ 80 ਹੋਏਗਾ ਜਿਹਦੇ ਨਾਲ ਦਾ ਲੱਗਿਆ ਹੋਵੇ ਉਹਨੂੰ ਹੀ ਕੁਝ ਨਾ ਕੁਝ ਕੁਝ ਮੰਨਿਆ ਜਾ ਸਕਦਾ ਹੈ ਤਾਂ y ਦੇ ਨਾਲ ਦਾ ਲੱਗਿਆ ਹੋਇਆ ਤਾਂ y ਨੂੰ 100 ਮੰਨ ਲਓ ਵੀ ਤਾਂ ਦੇਖੋ ਉਹਨ ਕਹਿ ਕੀ ਰਿਹਾ ਕਿ y x ਦਾ ਕਿੰਨਾ ਪਰਸੈਂਟ ਹੈ ਇੱਥੇ ਪੁੱਛਿਆ ਜਾ ਰਿਹਾ ਕੁਐਸਚਨ ਆਪਾਂ ਨੂੰ ਜੋ ਪਰਸਨ ਪੁੱਛਿਆ ਜਾ ਰਿਹਾ ਉਹ ਇੱਥੇ ਪੁੱਛਿਆ ਜਾ ਰਿਹਾ ਕਿ y x ਦਾ ਕਿੰਨਾ ਪਰਸੈਂਟ ਹੈ ਤਾਂ ਦੇਖੋ ਜੋ y ਹੈ ਉਹ x ਦਾ ਦੇਖੋ ਇੱਕ ਗੱਲ ਹੋਰ ਦੇਖੋ ਦਾ ਕਿਹਦੇ ਨਾਲ ਲੱਗਿਆ x ਦੇ ਨਾਲ ਜਿੱਥੇ ਕੁਐਸਚਨ ਪੁੱਛ ਰਿਹਾ ਗਲਤੀਆਂ ਇੱਥੇ ਹੁੰਦੀਆਂ ਆਹ ਕੁਐਸਚਨ ਪੁੱਛ ਰਿਹਾ ਇੱਥੇ x ਦੇ ਨਾਲ ਦਾ ਲੱਗਿਆ ਤਾਂ x ਹਮੇਸ਼ਾ ਵਟਾ ਦੇ ਥੱਲੇ ਆਊਗਾ x ਹਮੇਸ਼ਾ ਵਟਾ ਚਾਊਗਾ x ਦਾ x ਕਿੰਨਾ 80 ਤਾਂ x ਥੱਲੇ ਆਏਗਾ x ਥੱਲੇ ਆਏਗਾ y ਕੀ ਆਏਗਾ ਉੱਪਰ ਆਏਗਾ y ਕਿੰਨਾ 100 ਪਰਸੈਂਟੇਜ ਨਿਕਾਲਣ ਵਾਸਤੇ ਨੂੰ ਪਤਾ ਹੀ ਗੁਣਾ ਕਰਾਣੇ ਆਪਾਂ 100 ਦਾ ਪਰਸੈਂਟੇਜ ਨਿਕਾਲਣ ਵਾਸਤੇ ਕਿਹਦਾ ਗੁਣਾ ਕਰਾਣਿਆ 100 ਦਾ ਤਾਂ 2480 ਪੰਜ ਦੇ ਕੱਟਤਾ ਇਹਨੂੰ ਕਟਾਂਗੇ 25 ਚੋਕਾ 100 25 ਪੰਜਾ 125% ਐ ਸਵਾਲ ਦਾ ਉੱਤਰ ਆ ਜਾਏਗਾ ਵੀ ਦੋ ਜੋ ਛੋਟੀਆਂ ਛੋਟੀਆਂ ਚੀਜ਼ਾਂ ਹੈਗੀਆਂ ਉਹਨਾਂ ਨੂੰ ਯਾਦ ਰੱਖਣਾ ਜਿਹਦੇ ਨਾਲ ਦਾਤ ਤੇ ਤੌਣ ਲੱਗਿਆ ਹੋਵੇ ਉਹਨੂੰ ਕੁਝ ਨਾ ਕੁਝ ਮੰਨਿਆ ਵੀ ਜਾ ਸਕਦਾ ਹੈ ਤੇ ਉਹ ਚੀਜ਼ ਹਮੇਸ਼ਾ ਬਟਾ ਵਾਲੀ ਹੁੰਦੀ ਹੈ। ਉਹ ਚੀਜ਼ ਹਮੇਸ਼ਾ ਬਟਾ ਵਾਲੀ ਹੋਏਗੀ। ਫਟਾਫਟ ਲਾਈਕ ਕਰ ਦਿਓ ਵੀ ਸੈਸ਼ਨ ਨੂੰ ਸ਼ੇਅਰ ਕਰ ਦਿਓ ਵੀ ਮਜ਼ਾ ਆ ਰਿਹਾ ਹੋਵੇ ਤਾਂ ਉਹਨਾਂ ਅਗਰ ਐਸੇ ਕੁਐਸਚਨ ਨੂੰ ਮੈਂ ਫ੍ਰੈਕਸ਼ਨ ਨਾਲ ਕਰਨਾ ਹੋਵੇ ਐਸੇ ਕੁਐਸਚਨ ਨੂੰ ਫ੍ਰੈਕਸ਼ਨ ਨਾਲ ਕਰਨਾ ਹੋਵੇ ਤਾਂ ਫ੍ਰੈਕਸ਼ਨ ਨਾਲ ਕਿਵੇਂ ਕਰਾਂਗੇ ਦੇਖੋ ਤਰੀਕੇ ਸਾਰੇ ਆਣੇ ਚਾਹੀਦੇ ਵੀ ਤਦੋਂ ਮੈਂ ਲਾਸਟ ਜਾ ਕੇ ਇਹਦੀ ਕਲਾਸ ਨੂੰ ਕਿ ਬੈਸਟ ਤਰੀਕਾ ਕਿਹੜਾ ਹੈ ਬੈਸਟ ਤਰੀਕਾ ਜੋ ਹੋਏਗਾ ਉਹ ਹਮੇਸ਼ਾ ਤੁਹਾਨੂੰ ਫ੍ਰੈਕਸ਼ਨ ਵਾਲਾ ਹੋਏਗਾ ਕਿਉਂਕਿ ਅਗਰ ਮੰਨ ਲਓ ਫ੍ਰੈਕਸ਼ਨ ਆ ਗਈ ਜਿਵੇਂ ਕਹਿਤਾ ਤੁਹਾਨੂੰ 12 ਸਹੀ 1/2% ਜਾਂ 14 ਸਹੀ 2/7% ਸੋ ਨਹੀਂ ਮੰਨਿਆ ਜਾਣਾ ਸੋ ਮੰਨੋਗੇ ਦਿੱਕਤ ਹੋ ਜਾਏਗੀ ਵੀ ਦੇਖੋ ਹੁਣ ਦੇਖੋ ਤੁਨ ਕਹਿ ਰਿਹਾ ਕਿ ਪਹਿਲੇ ਗੱਲ ਜਾਵੇਗੀ ਪਰਸੈਂਟੇਜ ਦੀ 80% ਹੁਣ 80% ਨੂੰ ਆਪਾਂ ਕੀ ਲਿਖਦੇ ਆਂ ਵੀ 80% ਨੂੰ ਕੀ ਲਿਖਦੇ ਆਂ ਵੀ 80/ 80 बटा परसेंटड आओगे 100 20 चौका 80 25 100 मतलब इन्नू किन्ना लिखांगे 4 बटा 5 লিখांगे भी लिखांगे ना ਹੁਣ x ਦੇ y ਦੋ ਜਣੇ ਆ ਪਹਿਲੀ ਲਾਈਨ ਪੜੋ x y ਦਾ 80% ਹੈ x y ਦਾ 80% ਹੈ ਦਾ ਕਿਦੇ ਨਾਲ ਲੱਗਿਆ y ਦੇ ਨਾਲ ਨਾ ਤਾਂ y ਥੱਲੇ ਵਾਲਾ y ਕਿੰਨਾ 5 x ਕਿੰਨਾ 4 ਕਾਣੀ ਖਤਮ ਜਿਹਦੇ ਨਾਲ ਦਾ ਲੱਗਿਆ ਉਹ ਬਟਾ ਵਾਲਾ ਵੀ ਦੀਪਿਕਾ ਠੀਕ ਹੈ ਵੀ ਰਿਪੀਟ ਕਰ ਰਹੇ ਆ ਵੀ ਦੇਖ ਲਓ ਫ੍ਰੈਕਸ਼ਨ ਦੇਖੋ ਇਹ ਬੈਸਟ ਹੈ 80% ਨੂੰ ਕਿੰਨਾ ਲਿਖਿਆ 4/5 ਲਿਖਿਆ ਹੁਣ ਦੇਖੋ ਲਾਈਨ ਪੜੋ ਕਿ xy ਦਾ 80% ਜਿਹਦੇ ਨਾਲ ਦਾ ਲੱਗਿਆ ਉਹ ਬਟਾ ਵਾਲਾ ਥੱਲੇ ਵਾਲਾ 5 x ਕਿੰਨਾ ਹੋਏਗਾ 4 ਹੋਏਗਾ x ਕਿੰਨਾ ਹੋਏਗਾ 4 ਹੋਏਗਾ ਹੁਣ ਦੇਖੋ ਕੁਐਸਚਨ ਪੁੱਛ ਰਿਹਾ ਹੋਇਆ ਚਾਹੇ ਕਿ ਕਹਿ ਰਿਹਾ ਕਿ y x ਦਾ ਕਿੰਨਾ ਪਰਸੈਂਟ ਹੈ ਇੱਥੇ ਕਿਹਦੇ ਨਾਲ ਦਾਲ ਲੱਗਿਆ ਐਕਸ ਨਾਲ ਐਕਸ ਥੱਲੇ ਆਏਗਾ ਚੁੱਪ ਕਰਕੇ 4 y ਉੱਪਰ ਆ ਜਾਏਗਾ 5 ਗੁਣਾ ਚ 100 ਤਾਂ 25 ਚੋਕਾ 100 25 ਪੰਜਾ 125 125 ਪਰਸੈਂਟ ਅਨਸਰ ਆ ਜਾਏਗਾ ਵੀ ਇੱਥੋਂ ਵੀ ਤਾਂ ਤਰੀਕੇ ਬਹੁਤ ਨੇ ਵੀ ਮੈਂ ਬੈਸਟ ਮੰਨਣਾ ਐਸ ਨੂੰ ਮੈਂ ਬੈਸਟ ਮੰਨਣਾ ਐਸ ਵਾਲੇ ਤਰੀਕੇ ਨੂੰ ਕਿਉਂਕਿ ਇਹਦੇ ਸਾਰੇ ਹੀ ਕੁਐਸਚਨ ਹੋਣਗੇ ਸੋ ਨਾਲ ਤੁਹਾਡੇ ਸਾਰੇ ਕੁਐਸਚਨ ਨਹੀਂ ਹੋਣਗੇ ਵੈਰੀ ਗੁੱਡ ਮਾਰਨਿੰਗ ਵੀ ਵੈਰੀ ਗੁੱਡ ਮਾਰਨਿੰਗ ਸਕਰੀਨਸ਼ਾਟ ਲੈ ਲਵ ਯਾਰ ਲੈਸ ਦਿਓ ਦੇਖੋ ਵੀ ਅੱਗੇ ਚੱਲ ਰਿਹਾ ਦੇਖੋ ਵੀ ਰਾਮ ਸ਼ਿਆਮ ਸੀਤਾ ਗੀਤਾ ਸਭ ਇੱਕੋ ਹੀ ਨਾਮ ਕਿੱਥੇ ਵੀ ਰੱਖ ਲਓ ਹੁਣ ਕਹਿ ਕੀ ਰਿਹਾ ਦੇਖੋ ਹੁਣ ਇਹ ਤੇ 100 ਨਹੀਂ ਮੰਨਿਆ ਜਾਏਗਾ ਇੱਥੇ 100 ਨਹੀਂ ਮੰਨਿਆ ਜਾਏਗਾ ਫਰਕ ਆ ਹੈ 100 ਮੰਨੋਗੇ ਸਾਰੇ ਕੁਐਸਚਨ ਨਹੀਂ ਹੋਣਗੇ ਵੀ ਆਜੋ ਦੇਖੀਏ 126 ਜਣੇ ਦੇਖ ਰਿਹਾ ਵੀ 150 ਕਰ ਦਿਓ ਫਟਾਫਟ ਵੀ 1200 1/2% ਤਾਂ 1200 1/2% ਤਾਂ ਪਤਾ ਕਿ ਤੁਹਾਨੂੰ ਕਿੰਨਾ ਹੁੰਦਾ ਹੁਣੇ ਯਾਦ ਕਰਵਾ ਕੇ ਗਿਆ 12 ਤੇ 8 12 ਤੇ 8 12 ਪਸੀ 1/2% ਦਾ ਮਤਲਬ ਕਿੰਨਾ ਹੁੰਦਾ 1/8 ਹੁੰਦਾ ਦੇਖ ਲਓ ਦਿਖਵਾ ਦਿੰਦਾ ਆ ਪਿਆ ਵੀ 12 ਸੇ 1/2% ਦਾ ਮਤਲਬ ਕਿੰਨਾ ਹੁੰਦਾ 1/8 ਹੁੰਦਾ ਦੇਖੋ ਵੀ 12 ਸੇ 1/2% ਕਿੰਨਾ ਹੁੰਦਾ 1/8 ਹੁੰਦਾ 12 ਤੇ 8 12 ਤੇ 8 14 ਤੇ 7 16 ਤੇ 6 ਉਹੀ ਜਿਹਨਾਂ ਦੀ ਰਿਪੀਟ ਕਰ ਰਹੇ ਜੋ ਪਹਿਲੇ ਕਰਵਾ ਕੇ ਗਿਆ ਵੀ ਦੇਖੋ ਹੁਣ ਕਹਿ ਕੀ ਰਿਹਾ ਇੱਕ ਤਾਂ ਹੈਗਾ ਮੇਰੇ ਕੋਲ RAM ਹੈਗਾ ਇੱਕ ਮੇਰੇ ਕੋਲ SHAM ਹੈਗਾ ਬੜੇ ਸੁੱਧੇ ਨੇ ਦੋਨੋਂ ਸਿਆਣੇ ਦੇ ਹੈਗੇ ਐ ਦੇਖ ਲਓ RAM ਤੇ SHAM ਦੋ ਜਣੇ ਆ ਮੈਂ ਆਰਟੀਸ ਲਿਖਤਾ ਨਾ ਵਾਸਤੇ ਦੇਖਦੇ ਜਾਇਓ ਦੇਖਦੇ ਜਾਇਓ ਪੂਰਾ ਧਿਆਨ ਨਾਲ ਕਹਿ ਕੀ ਰਿਹਾ ਕਿ RAM ਦੀ ਆਮਦਨ ਜੋ ਹੈ ਉਸ ਸ਼ਾਮ ਨਾਲੋਂ ਦੇਖੋ ਵਰਡ ਬੋਥ ਨੇ ਹੁਣ ਜਿਹਦੇ ਨਾਲ ਮੈਂ ਤੁਹਾਨੂੰ ਕਿਹਾ ਦਾ ਤੋਂ ਨਾਲੋਂ ਇਹੋ ਜੇ ਸ਼ਬਦ ਲੱਗੇ ਹਨ ਉਹ ਹਮੇਸ਼ਾ ਬੱਟਾ ਵਾਲਾ ਹੋਏਗਾ ਉਹ ਹਮੇਸ਼ਾ ਬਟਾਵੜਾ ਹੋਏਗਾ ਤਾਂ ਸ਼ਾਮ ਦੇ ਨਾਲ ਨਾਲੋ ਲੱਗ ਗਿਆ ਸ਼ਾਮ ਦੇ ਨਾਲ ਨਾਲੋ ਲੱਗ ਗਿਆ ਤਾਂ ਸ਼ਾਮ ਕਿਹੜਾ ਥੱਲੇ ਵਾਲਾ ਸ਼ਾਮ ਕਿਹੜਾ ਥੱਲੇ ਵਾਲਾ 8 ਹੈਗਾ ਹੁਣ ਕਹਿ ਰਿਹਾ ਕਿ RAM ਦੀ ਆਮਦਨ ਸ਼ਾਮ ਨਾਲੋਂ 12 ਸਹੀ 1/2% ਵਧ ਹੈ 12 ਸਹੀ 1/2% ਵਧ ਹੈ ਮਤਲਬ ਸ਼ਾਮ ਨਹੀਂ ਤਾਂ 8 ਹੈ ਸ਼ਾਮ ਨਹੀਂ ਤਾਂ 8 RAM ਦੀਆਂ ਦੇ ਨਾਲੋਂ ਇੱਕ ਵਧ ਹੋਏਗੀ ਕਿੰਨੀ ਹੋਏਗੀ 9 ਹੋਏਗੀ ਐਨੀ ਚੀਜ਼ ਅਗਰ ਸਮਝਦਾ ਆ ਗਈ ਹੋਵੇ ਤਾਂ ਥੰਬਸ ਅਪ ਕਰ ਦਿਓ ਵੀ ਅਗਰ ਐਨੀ ਚੀਜ਼ ਸਮਝ ਆ ਗਈ ਹੋਵੇ ਥੰਬਸ ਅਪ ਕਰ ਦਿਓ ਵੀ ਐਨੀ ਚੀਜ਼ ਸਮਝ ਆਣੀ ਬਹੁਤ ਜ਼ਰੂਰੀ ਹੈ 12 ਸਈ 1/2% ਦਾ ਮਤਲਬ ਹੁੰਦਾ ਹੈ 1/8 12 ਸਈ 1/2% ਦਾ ਮਤਲਬ ਕਿੰਨਾ ਹੁੰਦਾ ਹੈ 1/8 ਹੁਣ ਕਹੇ ਕੀ ਰਿਹਾ ਕਿ ਸ਼ਾਮ ਨਾਲੋਂ ਤਾਂ ਸ਼ਾਮ ਥੱਲੇ ਵਾਲਾ ਸ਼ਾਮ 8 ਹੈ ਅੱਗੇ ਕਹ ਰਿਹਾ ਵੱਧ ਹੈ ਵੱਧ ਹੈ ਤਾਂ ਰਾਮ ਜੋ ਹੈ ਉਹ ਇੱਕ ਵੱਧ ਹੋ ਜਾਏਗਾ 9 ਹੋ ਜਾਏਗਾ ਅਗਰ ਕਹਿੰਦਾ ਘਟ ਹੈ ਤਾਂ ਆਪਾਂ 801 ਘਟਾ ਲੈਂਦੇ ਆ 7 ਆ ਜਾਂਦਾ ਐਨੀ ਚੀਜ਼ ਕਲੀਅਰ ਹੈ ਠੀਕ ਹੈ ਬੀ thumbs up ਕਰ ਰਿਹਾ ਸਾਰੀ ਬਹੁਤ ਵਧੀਆ ਬੀ ਚਲੋ ਬੀ ਹੁਣ ਕਹਿ ਕੀ ਰਿਹਾ ਕਹਿੰਦਾ ਸ਼ਾਮ ਦੀ ਆਮਦਨ ਹੁਣ ਦੇਖੋ ਹੁਣ ਇੱਥੇ ਪੁੱਛ ਰਿਹਾ ਕੁਐਸਚਨ ਆਪਣੇ ਤੋਂ ਕਹਿੰਦਾ ਸ਼ਾਮ ਦੀ ਆਮਦਨ ਰਾਮ ਦੀ ਆਮਦਨ ਤੋਂ ਘਟ ਹੈ ਕਿੰਨੀ ਘਟ ਹੈ ਪੁੱਛ ਰਿਹਾ ਦੇਖੋ ਤਾਂ ਲੋ ਮੈਂ 사이 ਇੱਧੇ ਦੇਖ ਰਿਹਾ ਕੀ 9 ਨੂੰ ਅਨੁਪਾਤ 8 ਆ ਗਿਆ ਹੁਣ ਦੇਖ ਲੋ ਕਹਿ ਰਿਹਾ ਕਿ RAM ਦੀ ਆਮਦਨ ਸ਼ਾਮ ਦੀ ਆਮਦਨ RAM ਦੀ ਆਮਦਨ ਤੋਂ ਕਿੰਨੀ ਘਟ ਹੈ ਸ਼ਾਮ ਦੀ ਆਮਦਨ RAM ਦੀ ਆਮਦਨ ਤੋਂ ਕਿੰਨੀ ਘਟ ਹੈ ਇਹਦੀ 8 ਹੈ ਇਹਦੀ 9 ਕਿੰਨੀ ਘਟ ਹੈ 1 ਘਟ ਹੈ ਹੁਣ ਜਿਹਦੇ ਨਾਲ ਤੌਂ ਤੇ ਆ ਤੌਂ ਲੱਗਿਆ ਉਹ ਆ ਜਾਏਗਾ ਥੱਲੇ RAM ਦੀ ਆਮਦਨ ਤੋਂ ਤਾਂ RAM ਦੇ ਨਾਲ ਤੌਂ ਲੱਗਿਆ RAM ਦੀ ਆਮਦਨ ਦੇ ਨਾਲ RAM ਦੀ ਆਮਦਨ ਕਿੰਨੀ ਹੈ 9 ਹੈ ਤਾਂ 9 ਲਿਖਿਆ ਗੁਣਾ 100 ਕਰਾਇਆ ਹਾਂ ਹੁਣ ਤੁਹਾਨੂੰ ਪਤਾ ਹੈ ਕਿ 1/9 ਜੋ 1/9 ਹੈ 1/9 ਨੂੰ ਆਪਾਂ ਕੀ ਲਿਖਦੇ ਹਾਂ 9 ਦਾ ਰਿਲੇਸ਼ਨ ਕਿਹਦੇ ਨਾਲ ਸੀਗਾ 9 ਦਾ ਰਿਲੇਸ਼ਨ ਕਿਹਦੇ ਨਾਲ ਸੀਗਾ 11 ਨਾਲ ਸੀਗਾ ਤਾਂ ਆਹ 1/9 ਐਵੇਂ ਦੀ ਐਵੇਂ ਆ ਜਾਏਗਾ ਅਨਸਰ ਕਿੰਨਾ ਆ ਜਾਏਗਾ 11.1/9% 11.1/9% ਇਹ ਆਪਸ਼ਨ ਹੁਣ ਦੇਖੋ ਇੱਥੇ ਆਣੀ ਜੀ ਸਿੱਖੇ ਬਾਅਦ ਕੈਲਕੂਲੇਸ਼ਨ ਕਰਨ ਦੀ ਜ਼ਰੂਰਤ ਨਹੀਂ ਪਈ ਤੁਹਾਨੂੰ ਰੀਪੀਟ ਕਰੋ ਰੀਪੀਟ ਰੀਪੀਟ ਦੇਖ ਲੋ ਵੀ ਸਭ ਤੋਂ ਪਹਿਲਾ ਚੀਜ਼ਾਂ ਸਮਝ ਲਓ ਕੋਈ ਗੱਲ ਨਹੀਂ ਆਉਣ ਵਾਲੇ ਕੁਸਚਨਾਂ ਦੇ ਵਿੱਚ ਸਾਰੀ ਚੀਜ਼ਾਂ ਸਮਝ ਲੋਗੇ ਮੈਂ ਠੀਕ ਹੀ ਕਲੀਅਰ ਕਰਕੇ ਜਾਂਦੇ ਆਂ ਦੇਖੋ ਸਭ ਤੋਂ ਪਹਿਲਾਂ ਤਾਂ ਪਰਸੈਂਟੇਜ ਤੇ ਨਿਗਾਹ ਮਾਰੋ ਜਿਨ੍ਹਾਂ ਦਾ ਬੇਸਿਕ ਵੀਕ ਹੈ ਪਰਸੈਂਟੇਜ ਤੇ ਨਿਗਾਹ ਮਾਰੋ 12 ਸੇ 1/2 ਪਰਸੈਂਟ ਨੂੰ ਕਿਹਨਾਂ ਲਿਖਦੇ ਆ 1/8 ਡਨ ਐਨੀ ਚੀਜ਼ ਓਕੇ ਹੈਗੀ ਵੀ ਅੱਗੇ ਦੇਖੋ ਇੱਕ ਤਾਂ ਇਹਦੇ ਕੋ ਸ਼ਬਦ ਹੈਗੇ ਕੁਝ ਇੱਕ ਤਾਂ ਮੈਂ ਲਿਖਦਾ ਨਾਲੋ ਇੱਕ ਮੈਂ ਲਿਖਦਾ ਤੋਂ ਇੱਕ ਮੈਂ ਲਿਖਦਾ ਦਾ ਜਿਨ੍ਹਾਂ ਨਾਲ ਵੀ ਇਹ ਸ਼ਬਦ ਲੱਗੇ ਹਨਾ ਉਹ ਬਟਾ ਵਾਲੀ ਬਟਾ ਵਾਲਾ ਹੈ ਮਤਲਬ ਜੋ ਥੱਲੇ ਹੈ ਕਿਤੇ ਨਾਲ ਲੱਗੇ ਸ਼ਾਮ ਨਾਲੋਂ ਤਾਂ ਸ਼ਾਮ ਕਿਹੜਾ ਥੱਲੇ ਵਾਲਾ 8 ਕਹਿ ਰਿਹਾ ਵੱਧ ਤਾਂ ਦੂਜੇ ਵਾਲਾ ਇੱਕ ਵੱਧ ਹੋ ਗਿਆ ਉਹ ਕਿੰਨਾ ਹੋ ਗਿਆ 9 ਹੋ ਗਿਆ ਕਲੀਅਰ ਆ ਨੀ ਚੀਜ਼ 9 8 ਆ ਗਿਆ 9 8 ਆ ਗਿਆ ਹੁਣ ਅੱਗੇ ਦੇਖੋਗੇ ਕੀ ਕਹਿ ਰਿਹਾ ਕਿ RAM ਦੀ ਆਮ ਕਹਿ ਰਿਹਾ ਕਿ ਸ਼ਾਮ ਦੀ ਆਮਦਨ RAM ਦੀ ਆਮਦਨ ਤੋਂ ਕਿੰਨੀ ਵੱਧ ਹੈ ਕਿੰਨੀ ਘਟ ਹੈ ਸੋਰੀ ਤਾਂ ਦੇਖੋਗੇ ਕਿ ਕਿੰਨੀ ਘਟ ਹੈ ਇਹਦੀ 9 ਦੀ 8 ਕਿੰਨੀ ਘਟ ਹੈ 1 ਤਾਂ ਇੱਥੇ ਤੋਂ ਕਿਹਦੇ ਨਾਲ ਲੱਗਿਆ RAM ਦੀ ਆਮਦਨ ਤੋਂ ਤੇ RAM ਦੀ ਆਮਦਨ ਦੇ ਨਾਲ ਤੋਂ ਲੱਗਿਆ ਤੇ RAM ਕਿੰਨਾ ਹੈ 9 9 ਨੂੰ ਚੱਕ ਕੇ ਚੁਪਕਾ ਕੇ ਥੱਲੇ ਰੱਖ ਦਿਓ ਤੇ ਕਿੰਨਾ ਆਜੂਗਾ 11 ਸੀ 1 ਬਟਾ 9% ਆ ਜਾਏਗਾ ਵੀ ਬਾਕੀ ਪ੍ਰੈਕਟਿਸ ਬਹੁਤ ਕਰਾਂਗੇ ਵੀ ਦਿੱਕਤ ਵਾਲੀ ਕੋਈ ਗੱਲ ਨਹੀਂ ਅਗਰ 100 ਮੰਨ ਕੇ ਕਰ ਰਹੇ ਹਾਂ ਤਾਂ ਥੋੜਾ ਜਿਹਾ ਹਲੇ ਲੱਗੂਗਾ ਬਾਕੀ ਆਉਣ ਵਾਲੇ 2-3 ਕੁਸ਼ਨਾ ਦੇ ਦੇ ਤੁਹਾਡੀ ਸਾਰੀ ਚੀਜ਼ਾਂ ਕਲੀਅਰ ਹੋ ਜਾਣਗੀਆਂ ਵੀ ਚਲੀਏ ਅਗੇ ਚਲੋ ਵੀ ਲੋ ਬਣਾਓ ਕਹਰੇ ਪੀ ਕਯੂ ਤੋਂ 6 ਗੁਣਾ ਵੱਡਾ ਹੈ ਪੀ ਕਯੂ ਤੋਂ 6 ਗੁਣਾ ਵੱਡਾ ਹੈ ਤਾਂ ਕਯੂ ਪੀ ਤੋਂ ਕਿੰਨਾ ਘੱਟ ਹੈ ਘੱਟ ਪ੍ਰਤੀਸ਼ਤ ਕਿੰਨਾ ਹੈ ਠੀਕ ਹੈ ਆਹ ਕੁਐਸਚਨ ਹੈ ਕਿੰਨੇ ਪ੍ਰਤੀਸ਼ਤ ਘੱਟ ਹੈ ਦੱਸਣਾ ਵੀ ਕਿਸੇ ਨੂੰ ਹੈਗਾ ਵੀ ਕੁਐਸਚਨ ਹੋਰ ਵੱਡਾ ਕਰਨਾ ਤਾਂ ਮੈਂ ਹੋਰ ਵੱਡਾ ਕਰ ਦੇਣਾ ਬਿੱਲੋ बनाओ भी फटाफट बनाओ आंसर दो भी कि आएगा रतन नसीजा अप थैंक यू भी थैंक यू बनाओ भी फटाफट क्वेश्चन बनाओ भी ए ऑप्शन वेरी गुड भी वेरी गुड हले तक एक आंसर आया भी ए ऑप्शन बनाओ भी सारे जने कमेंट बॉक्स दसो भी की आंसर आएगा ए ऑप्शन कह रहे हैं अभी गुरमेल सिंह कह रहे हैं बी ऑप्शन बी ऑप्शन गलत है भी बी ऑप्शन नहीं आएगा ए ऑप्शन ही आंसर आएगा भी तिरासी एक बटा तीन परसेंट स्काई पवन राहुल राजपूत पूजा ਪੱਲਵੀ ਸੈਮ ਗਿਲ 1/6 ਕਰੇ 1/6 ਕਿੱਥੋਂ ਆ ਗਿਆ ਵੀ ਹਰਦੀਪ ਸਿੰਘ A ਜਸਵਿੰਦਰ ਸਿੰਘ A ਨੀਨਾ ਵਰਮਾ A ਬੋ ਵੀ ਸਾਰਿਆਂ ਦਾ ਹੀ A ਅਨਸਰ ਆ ਰਿਹਾ ਹੈਗਾ ਤਾਂ ਦੇਖੋ ਵੀ ਕੀ ਕਹਿ ਰਿਹਾ ਪੀ ਤੇ ਕਿਉਂ ਦੋ ਜਨੇ ਹੈ ਪੀ ਤੇ ਕਿਉਂ ਦੋ ਜਨੇ ਹੈ ਪੀ ਤੇ ਕਿਉਂ ਦੋ ਜਨੇ ਹੈ ਦੇਖੋ ਹੁਣ ਕਹਿ ਕੀ ਰਿਹਾ ਪੀ ਕਿਉਂ ਤੋਂ 6 ਗੁਣਾ ਹੈ ਮੈਂ ਤੁਹਾਨੂੰ ਹੁਣੇ ਗੱਲ ਕਲੀਅਰ ਕਰਕੇ ਗਿਆ ਕਿ ਜਿਹਦੇ ਨਾਲ ਤੋਂ ਲੱਗਿਆ ਹੋਵੇ ਦਾ ਲੱਗਿਆ ਹੋਵੇ ਨਾਲੋਂ ਲੱਗਿਆ ਹੋਵੇ ਉਹਨੂੰ ਕੁਝ ਨਾ ਕੁਝ ਮੰਨਿਆ ਜਾ ਸਕਦਾ ਹੈ ਤੇ ਉਹ ਚੀਜ਼ ਹਮੇਸ਼ਾ ਵਟਾ ਵਾਲੀ ਹੋਏਗੀ ਤੋਂ ਕਿਹਦੇ ਨਾਲ ਲੱਗਿਆ ਦੇਖੋ ਕਯੂ ਨਾਲ ਤਾਂ ਕਯੂ ਨੂੰ ਕੁਝ ਵੀ ਮੰਨ ਲਓ ਕਯੂ ਮੰਨ ਲਓ 1 ਹੈ ਪੀ ਹੈ 6 ਗੁਣਾ ਵੱਡਾ ਹੈ ਤਾਂ 1 ਦਾ 6 ਗੁਣਾ ਕਿੰਨਾ ਹੋਏਗਾ 6 ਹੋਏਗਾ ਨਾ 1 ਦਾ 6 ਗੁਣਾ ਕਿੰਨਾ ਹੋਏਗਾ 6 ਹੋਏਗਾ ਨਾ ਤਾਂ ਦੇਖੋ ਅੱਗੇ ਕੀ ਕਹਿ ਰਿਹਾ ਹੈ ਕਿャਉ ਪੀ ਤੋ ਘਟ ਪ੍ਰਤੀਸ਼ਤ ਕਿੰਨਾ ਹੈ ਮਤਲਬ ਕਿੰਨਾ ਪ੍ਰਤੀਸ਼ਤ ਘਟ ਹੈ ਕਿャਉ ਪੀ ਤੋ ਘਟ ਪ੍ਰਤੀਸ਼ਤ ਕੀ ਹੈ ਕਿੰਨੇ ਪਰਸੈਂਟ ਘਟ ਹੈ ਦੇਖੋ ਕਿャਉ ਪੀ ਤੋ ਕਿੰਨਾ ਘਟ ਹੈ 1 6 ਹੈ 1 1 ਹੈ ਕਿੰਨਾ ਘਟ ਹੋਏਗਾ 5 ਘਟ ਹੋਏਗਾ ਨਾ ਹੁਣ ਦੇਖੋ ਵਟਾਚ ਕੀ ਆਏਗਾ ਤਾਂ ਵਟਾਚ ਕੀ ਕਹਿ ਰਿਹਾ ਹੈ ਕਿャਉ ਪੀ ਤੋ ਤਾਂ ਜਿਹਦੇ ਨਾਲ ਤੋਂ ਲੱਗਿਆ ਉਹ ਹਮੇਸ਼ਾ ਵਟਾ ਵਾਲੀ ਸੰਖਿਆ ਤਾਂ ਪੀ ਕਿੰਨਾ ਹੈ 6 ਹੈ ਤਾਂ 5/6 100 5/6 100 100 ਕਿਉਂ ਲਾਨੇ ਪਰਸੈਂਟੇਜ ਵਾਸਤੇ ਮੈਂ ਤੇ ਕਾਪੀ ਤੇ ਨੋਟ ਕਰੇ ਵੀ ਹਾਂਜੀ ਕਾਪੀ ਤੇ ਨੋਟ ਕਰ ਲਓ ਬਿਲਕੁਲ ਬੇਸਿਕ ਤੋਂ ਚੱਲ ਰਹੇ ਆਗੇ ਵਧੀਆ ਲੈਵਲ ਤੱਕ ਚੱਲਾਂਗੇ ਠੀਕ ਹੈ ਹੁਣ ਕੈਲਕੂਲੇਸ਼ਨ ਕਰਵਾ ਲਓ ਵੈਸੇ 5/6 ਦੀ ਫ੍ਰੈਕਸ਼ਨ ਮੈਨੂੰ ਯਾਦ ਹੈ ਜਿਵੇਂ ਧੀਰੇ ਧੀਰੇ ਤੁਹਾਨੂੰ ਵੀ ਯਾਦ ਹੋਣਗੇ 5/6 ਨੂੰ ਕਿਹਨਾ ਲਿਖਦੇ ਹੈਗੇ ਆ 2/ ਤੈਨੂੰ ਕਿਹਨਾ ਲਿਖਦੇ ਸਾਰੀਆਂ ਚੀਜ਼ਾਂ ਯਾਦ ਹੋ ਜਾਣਗੀਆਂ ਹੁਣ 5/6 100 ਤਾਂ 5 ਨੂੰ 100 ਨਾਲ ਗੁਣਾ ਕਰਾ ਲਓ ਕਿੰਨਾ ਆ ਜਾਏਗਾ 500 ਆ ਜਾਏਗਾ ਵੈਸੇ ਤਾਂ ਕੱਟ ਹੀ ਦੇ ਬਟ ਮੈਂ ਨਹੀਂ ਕਰਵਾ ਰਿਆਂ ਹੁਣ 500 ਬਾ ਕਰਨਾ ਕਿਹਦੇ ਨਾਲ 6 ਨਾਲ ਤਾਂ ਜੇਕਰ ਕਿਸੇ ਦਾ ਬੇਸਿਕ ਵੀਕ ਹੈ ਤਾਂ ਇਸ ਤਰੀਕੇ ਨਾਲ ਕਰਾ ਲਓ ਤੇ ਡਾਇਰੈਕਟ ਵੀ ਹੋ ਸਕਦਾ ਵੀ 8 8 48 ਕਿੰਨਾ ਬਚ ਗਿਆ 2 0 ਆ ਗਈ 20 6 3 18 ਬਚ ਗਿਆ ਕਿੰਨਾ 2 ਹੁਣ ਦੋ ਬਚ ਗਿਆ ਤਾਂ ਦੋ ਨੂੰ ਉੱਪਰ ਲਿਖ ਲੋ 6 ਨੂੰ ਥੱਲੇ ਲਿਖ ਲੋ 2 6 ਦਾ ਮਤਲਬ ਕਿੰਨਾ ਹੋ ਜਾਏਗਾ 1 3 ਤਾਂ 83 ਸਹੀ 1 3 ਅਨਸਰ ਆ ਜਾਏਗਾ ਵੀ ਸਰ ਲੈਵਲ ਕਰਵਾਉਂਗੇ ਬਿਲਕੁਲ ਲੈਵਲ ਕਰਵਾਵਾਂਗੇ ਵੀ ਗੋਬਿੰਦ ਸਿੰਘ ਲੈਵਲ ਬਿਲਕੁਲ ਅੱਛਾ ਕਾਸਾ ਜਾਏਗਾ ਵੀ ਹਲੇ ਬਿਲਕੁਲ ਸਟਾਰਟਿੰਗ ਹੈਗੀ ਤੇ ਨੋਰਮਲ ਲੈਵਲ ਤੇ ਲੈ ਕੇ ਚੱਲ ਰਿਹਾ ਹੈਗਾ ਜਿਵੇਂ ਜਿਵੇਂ ਆਉਣ ਵਾਲੇ ਕੁਐਸਚਨ ਤੇ ਦੇਖੋਗੇ ਬਹੁਤ ਹੀ ਵਧੀਆ ਲੈਵਲ ਦੇ ਕੁਐਸਚਨ ਕਰਾਂਗੇ ਬਟ ਜਿਨ੍ਹਾਂ ਨੇ ਬਹੁਤ ਵਧੀਆ ਲੈਵਲ ਦੇ ਕੁਐਸਚਨ ਕਰਨੇ ਆ ਸਾਰੀਆਂ ਕਲਾਸਾਂ ਦੇਖੋ ਵੀ ਕਿਉਂਕਿ ਮੇਰੇ ਕਰਵਾਉਣ ਦੇ ਤਰੀਕੇ ਬਹੁਤ ਅਲੱਗ ਨੇ ਤਾਂ ਮੈਂ ਸਾਰੀਆਂ ਚੀਜ਼ਾਂ ਨੂੰ ਇੱਕ ਤੋਂ ਲੈ ਕੇ ਦੋ ਤਰੀਕੇ ਨਾਲ ਕਰਵਾਉਂਗਾ ਬਟ ਆਪਾਂ ਉਹਨਾਂ ਚੋਂ ਇੱਕ ਨੂੰ ਹੀ ਫੋਲੋ ਕਰਨਾ ਥੰਬਸ ਅਪ ਕਰ ਦੋ ਵੀ ਕਲੀਅਰ ਹੋ ਗਿਆ ਹੋਵੇ ਤਾਂ ਅੱਗੇ ਚੱਲ ਰਹੇ ਆ ਲਓ ਵੀ ਆਜੋ ਕਹਿ ਰਿਹਾ ਜੇਕਰ ਕਿਸੇ ਕਿਤਾਬ ਦੀ ਕੀਮਤ ਪਹਿਲਾਂ 25% ਘਟਾਈ ਜਾਂਦੀ ਹੈ ਫਿਰ 20% ਵਧਾਈ ਜਾਂਦੀ ਹੈ ਜਾਂ ਵੱਧ ਜਾਂਦੀ ਹੈ ਤਾਂ ਕਿਤਾਬ ਦੀ ਕੀਮਤ ਵਿੱਚ ਕੀ ਬਦਲਾਅ ਹੋਵੇਗਾ ਕਿੰਨੇ ਪਰਸੈਂਟ ਦਾ ਬਦਲਾਅ ਹੋਵੇਗਾ ਰਤਨ ਸਿਝਾ ਟ੍ਰਿਗਨੋਮੈਟਰੀ ਟ੍ਰਿਗਨੋਮੈਟਰੀ ਵੀ ਪੰਜਾਬ ਪਟਵਾਰੀ ਚ ਨਹੀਂ ਹੈਗੀ ਵੀ ਪੰਜਾਬ ਟ੍ਰਿਗਨੋਮੈਟਰੀ ਵੀ ਕਰਵਾਵਾਂਗੇ ਕਿਸੇ ਸਬਜੈਕਟ ਚ ਆਈ ਤਾਂ ਜੀ ਨੀਤੀਗਾ 10% ਕਹਿ ਰਿਹਾ ਵੀ ਫਟਾਫਟ ਆਨਸਰ ਦਿਓ ਵੀ ਆਨਸਰ ਕਿੰਨਾ ਆਏਗਾ ਜੇਕਰ ਕਿਸੇ ਕਿਤਾਬ ਦੀ ਕੀਮਤ ਪਹਿਲਾਂ 25% ਘਟਾਈ ਜਾਂਦੀ ਹੈ ਫਿਰ 20% ਵਧਾਈ ਜਾਂਦੀ ਹੈ ਤਾ ਕਿਤਾਬ ਦੀ ਕੀਮਤ ਵਿੱਚ ਕੀ ਬਦਲਾਅ ਹੋਵੇਗਾ ਕਿੰਨੇ ਪਰਸੈਂਟ ਦਾ ਬਦਲਾਅ ਹੋਵੇਗਾ ਵੀ ਪੇਡ ਕਲਾਸ ਕਿੰਨੇ ਵਜੇ ਪੇਡ ਕਲਾਸ ਵੀ ਆ ਜਾਏਗੀ ਵੀ ਟੈਨਸ਼ਨ ਨਾ ਲਓ ਬਟ ਪਹਿਲੇ ਸਭ ਨਾਲ ਪਹਿਲਾ ਕੰਮ ਜੋ ਹੈ ਸਭ ਨਾਲ ਪਹਿਲਾ ਕੰਮ ਬੇਸਿਕ ਕਲੀਅਰ ਕਰੋ ਆਪਦੇ ਇੱਕ ਲੈਵਲ ਬਣਾਓ ਆਪਦਾ 10% 10% 10% आंसर आ रहा है अभी 10% ਦੇ ਦੋ অপਸ਼ਨ ਹੈਗੇ ਥੋੜੀ 10% ਦੇ ਇੱਕ অপਸ਼ਨ ਹੈ ਹੁਣ ਦੇਖੋ ਐਵੇਂ ਦਿੱਤਾ ਹੋ ਸਕਦਾ ਹੈ ਬਦਲਾਅ ਕਿੰਨਾ ਹੋਵੇਗਾ 10% ਘਟੇਗੀ 10% ਵਧੇਗੀ ਨੋ ਚੇਂਜ ਦਾ ਵੀ ਅਨਸਰ ਆ ਰਿਹਾ ਹੈ ਆਈ ਏਮ ਨਿਊ ਹੇਅਰ ਚਲੋ ਵੀ ਏ অপਸ਼ਨ ਕਰ ਰਹੇ ਆ ਅਨਸਰ ਦੇਖੋ ਦੋ ਤਰੀਕੇ ਨਾਲ ਕੀਤਾ ਜਾ ਸਕਦਾ ਜਿਵੇਂ ਮਰਜ਼ੀ ਕਰ ਲਓ ਆਜੋ ਦੇਖਦੇ ਹਾਂ ਹੁਣ ਜ਼ਿਆਦਾਤਰ ਕੀ ਕਰ ਰਹੇ ਹੋਣਗੇ 100 ਮੰਨ ਕੇ ਕਰ ਰਹੇ ਹੋਣਗੇ ਤਾਂ 100 ਮੰਨ ਕੇ ਕਰਨਾ ਹੈ 100 ਮੰਨ ਕੇ ਕਰ ਲਓ ਪਰਸੈਂਟੇਜ ਕਰਨਾ ਹੈ ਪਰਸੈਂਟੇਜ ਕਰ ਲਓ ਜਿਵੇਂ ਮਰਜੀ ਕਰ ਲਓ ਪਹਿਲੇ 100 ਮੰਨ ਕੇ ਜੋ ਸਾਰੇ ਤਰੀਕਾ ਲਗਾ ਰਹੇ ਹੋਣਗੇ ਉਹ ਦੇਖ ਰਹੇ ਹੈਗੇ ਆ ਦੇਖੋ ਤਾਂ 100 ਮੰਨ ਕੇ ਕਰਾਂਗੇ ਤਾਂ 100 ਮੰਨ ਕੇ ਕਰਨ ਤੋਂ ਕੀ ਹੋਏਗਾ ਵੀ 25% ਘਟਾਤੀ ਪਰਸੈਂਟੇਜ ਨਿਕਾਲਣੀ ਆਲਮੋਸਟ ਸਾਰਿਆਂ ਨੂੰ ਮੰਨ ਕੇ ਚੱਲਦਾ ਆਉਂਦੀ ਹੋਏਗੀ ਨਹੀਂ ਆਉਂਦੀ ਹੋਈ ਤਾਂ ਮੈਂ ਸੈਸ਼ਨ ਲੈ ਕੇ ਆਉਂਗਾ ਜਿਹਦੇ ਵਿੱਚ ਪਰਸੈਂਟੇਜ ਨਿਕਾਲਣੀ ਸਿਖਾਉਂਗਾ ਬੇਸਿਕ ਤੋਂ ਬਿਲਕੁਲ ਕਿ ਪਹਿਲਾਂ 25% ਘਟਾਤੀ ਤਾਂ 100 ਤੋਂ 25 ਘਟਾਤਾ ਕਿੰਨਾ ਹੋ ਜਾਏਗਾ 25% ਘਟਾਤਾ ਕਿੰਨਾ ਹੋ ਜਾਏਗਾ 75 ਹੋ ਜਾਏਗਾ ਵੀ ਫਿਰ ਕੀ ਕਰਤਾ 20% ਵਧਾਤਾ ਤਾਂ ਹੁਣ ਐਸੇ ਨੂੰ ਮੈਂ ਅੱਗੇ 20% ਵਧਾ ਰਿਆਂ ਤਾਂ 75 ਦਾ 20% ਕਿੰਨਾ ਹੋਏਗਾ ਵੀ 75 ਦਾ 20% ਕਿੰਨਾ ਹੋਏਗਾ ਵੀ 75 ਦਾ 20% ਕਿੰਨਾ ਹੁੰਦਾ ਦੱਸ ਦੇ ਨਾ 75 ਹੈ 75 ਵਾਸਤੇ 20% ਕੱਢਣ ਵਾਸਤੇ ਕੀ ਕਰਦੇ ਆ ਕਿਸੇ ਵੀ ਸੰਖਿਆ ਦਾ ਕਿਸੇ ਵੀ ਸੰਖਿਆ ਦਾ 10% ਕੱਢਣਾ ਹੈ ਇੱਕ ਅੰਕ ਨੂੰ ਛੱਡ ਕੇ ਪੁਆਇੰਟ ਲਾ ਦਿਓ ਆ 10% ਹੈ ਸਕਸੈਸਿਵ ਮੈਥਡਸ ਆ ਰਹੇ ਹੀ ਕਰਵਾਉਂਗਾ ਵੀ ਟੈਨਸ਼ਨ ਨਾ ਲਓ ਪਹਿਲੇ ਜੋ ਹੋਏਗਾ 10% ਕੀ ਹੋਏਗਾ 7.5 ਤਾਂ 20% ਕਿੰਨਾ ਹੋਏਗਾ 15 15 ਵਧਾਤਾ ਕਿੰਨਾ ਹੋ ਗਿਆ 90 ਤਾਂ 100 ਤੋਂ 90 ਹੋ ਗਿਆ ਕਿੰਨੀ ਘਟ ਗਈ 10% ਘਟ ਗਈ 10% ਅਨਸਰ ਆਏਗਾ ਵੀ ਆ ਚੀਜ਼ਾਂ ਬਹੁਤ ਪੁਰਾਣੀਆਂ ਹੋ ਚੁੱਕੀਆਂ ਨੇ ਆ ਚੀਜ਼ ਨਹੀਂ ਫੋਲੋ ਕਰਵਾਉਂਗਾ ਵੀ ਜੋ ਤੀਜ ਨਵੀਂ ਆ ਉਹ ਹੀ ਫੋਲੋ ਕਰਵਾਉਂਗਾ ਵੀ ਆ ਸਾਰੀ ਕਰ ਰਹੀ ਹੈ ਇਹਦੇ ਤੋਂ ਸਾਰੇ ਕੁਐਸਚਨ ਨਹੀਂ ਹੁੰਦੇ ਵੀ ਜੋ 100 ਮੰਨ ਕੇ ਕਰ ਰਹੇ ਗਿਆ ਉਹਦੇ ਨਾਲ ਤੋਂ ਸਾਰੇ ਕੁਐਸਚਨ ਨਹੀਂ ਹੋਣਗੇ ਹੁਣ ਜੋ ਵਧੀਆ ਤਰੀਕਾ ਉਹ ਦੇਖੋ ਜੋ ਆਪਾਂ ਕਰਦੇ ਆ ਰਹੇ ਹਾਂ ਦੇਖੋ ਆਪਾਂ 25% ਨੂੰ ਕਿੰਨਾ ਲਿਖਦੇ ਆ ਵੀ 25% ਨੂੰ ਆਪਾਂ ਕਿੰਨਾ ਲਿਖਦੇ ਹੈਗੇ ਆ ਹੁਣੇ ਕਰਵਾ ਕੇ ਗਿਆਗਾ 25% ਨੂੰ ਲਿਖਾਂਗੇ 1/4 25% ਨੂੰ ਕਿੰਨਾ ਲਿਖਾਂਗੇ 1/4 20% ਨੂੰ ਕਿੰਨਾ ਲਿਖਾਂਗੇ 20% ਨੂੰ ਲਿਖਾਂਗੇ 1/ 5 ਦੋਨੋਂ ਚੀਜ਼ਾਂ ਹੈਗੀਆਂ ਨਾ ਇੱਕ ਮੇਰੇ ਕੋਲ ਪਰਸੈਂਟੇਜ ਕੀ ਹੈਗਾ ਇੱਕ ਮੇਰੇ ਕੋਲ ਪਰਸੈਂਟੇਜ ਹੈਗਾ 25% ਇੱਕ ਮੇਰੇ ਕੋਲ ਪਰਸੈਂਟੇਜ ਹੈਗਾ 20% ਦੋਨਾਂ ਨੂੰ ਮੈਂ ਕੀ ਲਿਖੂਗਾ ਐਨ ਨੂੰ ਲਿਖਿਆ 1/4 ਐਨ ਨੂੰ ਲਿਖਿਆ 1/5 ਹੁਣ ਆ ਦੇਖੋ ਕਿਹੜਾ ਘਟਿਆ ਕਿਹੜਾ ਵਧਿਆ 25% ਘਟਾਈ ਹੈ ਧਿਆਨ ਨਾਲ ਦੇਖਿਓ ਕਿ 25% ਘਟਾਈ ਹੈ ਮਤਲਬ 4 ਸੀਗੀ 1 ਘਟਾਤੀ ਕਿੰਨੀ ਰਹਿ ਗਈ 3 4 ਸੀਗੀ 1 ਘਟਾਤੀ ਕਿੰਨੀ ਰਹਿ ਗਈ 3 ਰਹਿ ਗਈ ਪਹਿਲੇ ਤਾਂ ਹੀ ਮੰਨੇ ਕਿ ਐਨੀ ਸੀਗੀ ਉੱਪਰ ਵਾਲੀ ਘਟਾਤੀ ਉੱਪਰ ਵਾਲੀ ਵਧਾਤੀ ਦੇਖ ਲਓ 25% ਦਾ ਮਤਲਬ 1/4 ਹੈ 25% ਘਟਾਈ ਹੈ ਤਾਂ 4 ਤੋਂ 1 ਘਟਾਤੀ 3 ਕਰਤੀ ਹੁਣ ਅੱਗੇ ਕੀ ਕਹਿ ਰਿਹਾ 20% ਵਧਾਈ ਹੈ ਅਗਲੀ ਵਾਰੀ ਕੀ ਕੀਤਾ 20% ਵਧਾਈ ਹੈ ਤਾਂ 20% ਵਧਾਈ ਮਤਲਬ 5 ਤੋਂ 1 ਵਧਾਤੀ ਕਿੰਨੀ ਕਰਤੀ 6 ਕਰਤੀ ਐਨੀ ਚੀਜ਼ ਓਕੇ ਥੰਬਸ ਅਪ ਕਰੋ ਵੀ ਤਾਂ ਕੀ ਹੋਏਗਾ 2 ਘਟ ਗਈ ਮੀਂਸਗੀ 18 ਹੋਗੀ ਕੀ ਹੋਏਗਾ 2 ਘਟ ਗਈ ਮਤਲਬ ਕਿੱਥੋਂ ਘਟੀ ਮਤਲਬ 20 ਤੋਂ ਇੰਟੂ ਚ 100 2 ਪੰਜੇ 100 5 ਦੁਨਾ 10 ਪਰਸੈਂਟ ਇੱਥੇ ਵੀ ਅਨਸਰ ਉਹਨਾ ਹੀ ਆਣਾ ਵੀ ਇੱਥੇ ਵੀ ਅਨਸਰ ਕਿੰਨਾ ਆਣਾ ਉਹਨਾ ਹੀ ਆਣਾ ਨੈਟਵਰਕ ਪ੍ਰੋਬਲਮ ਠੀਕ ਹੈ ਵੀ ਆਈਗਾ ਸਹੀ ਹੋਗੀ ਵੀ ਥੰਬਸ ਅਪ ਕਰ ਦੋ ਨੈਟਵਰਕ ਪ੍ਰੋਬਲਮ ਵਿੱਚ ਉਹ ਜੀ ਲੋਡ ਲੈ ਰਿਆ ਸੀਗਾ ਠੀਕ ਹੈ ਵੀ دیوار ਤੋਂ ਦੇਖ ਲਓ 25% ਘਟਾਈ ਹੈ ਮਤਲਬ 4 ਤੋਂ 1 ਘਟਾ ਦੀ 3 अगे कह रहा है भी प्रसेंट वधाई है पाँच तो एक बधाती मतलब छे करती चार भी छे तिया अठारह भी तो अठारह करती कित गई कितो घटी घटी दो बटा भी गुणा च सौ किन्ना आ जाएगा दस प्रसेंट आ जाएगा भी कोई डाउट है तो डाउट दसो भी इत सब दे कमेंट पढ़ रहे हैं भी मैं कोई डाउट है तो डाउट दसो ਕਲੀਅਰ ਹੈ ਵੀ ਕਲੀਅਰ ਹੈ थम्स अप ਕਰ ਰਹੇ ਹੋ ਸਰ 220 ਤੋਂ ਘਟ ਕਿੱਦਾਂ ਪਤਾ ਚੱਲੂ no doubt ਐਂ ਦਾ ਵੀ ਆਉਂਦਾ ਸੀਗਾ ਤਰੀਕੇ ਹੋਰ ਵੀ ਹੈਗੇ ਆ ਵੀ ਤਰੀਕੇ 4-5 ਹੈਗੇ ਆ ਲਾਸਟ ਸਟੈਪ ਕੀ ਦੱਸ ਰਿਹਾ ਵੀ ਦੇਖੋ 4 5 ਵੀ 3 ਤੇ 6 ਦਾ ਗੁਣਾ ਕਰਾਇਆ 18 ਉਹਨੇ ਕੀ ਬਦਲਾਅ ਕਿੰਨਾ ਆਏਗਾ ਬਦਲਾਅ ਕਿੰਨਾ ਆਏਗਾ 20 ਤੋਂ 18 ਘਟਤੀ ਆਪ ਬਦਲਾਅ ਕੀ ਆਇਆ 2 ਘਟ ਗਈ ਨਾ 2 ਘਟ ਗਈ ਕਿੱਥੋਂ ਘਟੀ ਉਹ ਥੱਲੇ ਆਏਗਾ 20 ਤੋਂ ਘਟੀ ਹੈ ਤਾਂ 2/20 ਪਰਸੈਂਟੇਜ ਨਿਕਾਲਣ ਵਾਸਤੇ 100 ਦਾ ਗੁਣਾ ਕਰਾਉਣਾ ਹੈ ਆਰੇ ਆ ਵੀ ਫਿਰ 20% ਵੱਧ ਜਾਂਦੀ ਹੈ ਪਹਿਲੇ 25% ਘੱਟੀ ਫਿਰ 20% ਵਧੀ ਹੈ 152 ਬੰਦੇ ਦੇਖ ਰਿਹਾ ਵੀ 160 ਹੋ ਗਏ ਤਾਂ ਲਾਈਕ ਕਰ ਦਿਓ ਵੀ ਸੈਸ਼ਨ ਨੂੰ ਫਟਾਫਟ ਲਾਈਕ ਕਰ ਦਿਓ ਚਲੋ ਵੀ ਜਿਨਾਂ ਨੂੰ ਥੋੜਾ ਲੱਗੇ ਵੀ ਹਾਂ ਥੋੜਾ ਘਟ ਹੈ ਤੇ ਇੱਕ ਤੋਂ ਦੋ ਵਾਰੀ ਰਿਪੀਟ ਕਰਕੇ ਦੇਖੋਗੇ ਕਲੀਅਰ ਹੋ ਜਾਏਗਾ ਕੋਈ ਦਿੱਕਤ ਵਾਲੀ ਗੱਲ ਹੈ ਨਹੀਂ ਲੈਵਲ ਵਧਾਓ ਲੈਵਲ ਵੀ ਵਧਾਵਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂਗੀ ਲੋ ਕਰੋ ਸੇਮ ਟੂ ਸੇਮ ਕੁਐਸਚਨ ਹੈ ਤੁਹਾਡੇ ਵਾਸਤੇ ਫਟਾਫਟ ਕਮੈਂਟ ਆਣਾ ਚਾਹੀਦਾ ਦੇਖਦੇ ਆ ਪਹਿਲਾ ਕਮੈਂਟ ਕੀ ਦਾ ਆਉਂਦਾ ਵੀ ਕਿਸੇ ਵਿਅਕਤੀ ਦੀ ਤਨਖਾਹ 20% ਵਧਾਈ ਜਾਂਦੀ ਹੈ ਫਿਰ ਵੀ ਪਰਸੈਂਟ ਘਟਾਈ ਜਾਂਦੀ ਹੈ ਪਹਿਲੇ ਤਾਂ ਕੀ ਕਰਤਾ 20% ਵਧਾਤੀ ਫਿਰ 20% ਘਟਾਤੀ ਤਾਂ ਉਸ ਦੀ ਤਨਖਾਹ ਵਿੱਚ ਪ੍ਰਤੀਸ਼ਤ ਤਬ ਦਿੱਲੀ ਕਿੰਨੀ ਆਵੇਗੀ ਦੱਸੋ ਵੀ ਇਹ ਜਿਹੜੇ ਸਪੈਮ ਕਰ ਰਹੇ ਸੀ ਉਹ ਰਾਜ ਸਰ ਦੀ ਕਲਾਸ ਵਿੱਚ ਤਾਂ ਠੀਕ ਰਹਿੰਦੇ ਨੇ ਉਹ ਕੋਈ ਦਿੱਕਤ ਨਹੀਂ ਹੈਰੀ ਕੋਈ ਦਿੱਕਤ ਨਹੀਂ ਕੋਈ ਸਪੈਮ ਕਰੇ ਮੈਨੂੰ ਉਸ ਚੀਜ਼ ਤੋਂ ਕੋਈ ਫਰਕ ਨਹੀਂ ਪੈਂਦਾ ਜੋ ਪੜਨ ਆਇਆ ਜੋ ਸਿੱਖਣ ਆਇਆ ਉਹ ਸਿੱਖ ਕੇ ਜਾਏਗਾ ਵੀ चार परसेंट डिक्रीज घटेगी ए ऑप्शन कर रहे हैं भी सारे 4% 4% 4% देख लो भी 3 मिनट रह गए अपनी क्लास खत्म होने वाली है लास्ट क्वेश्चन होएगा भी कह कि रे किसी व्यक्ति दी तनख्वाह पहिला 20% बढ़ जाएगी तो 20% ਨੂੰ ਪੱਕੀ ਨਾਲ ਲਿਖਦੇ ਆ 20% ਨੂੰ ਆਪਾਂ ਕਿੰਨਾ ਲਿਖਦੇ ਆ ਗਿਆ 1/5 ਲਿਖਦੇ ਆ ਨਾ 20% ਨੂੰ ਕੀ ਲਿਖਦੇ ਆ 1/5 ਲਿਖਦੇ ਆ ਗਿਆ ਇੱਕ ਕੁਐਸਚਨ ਦੇਉਂਗਾ ਦੇ ਕੇ ਵੀ ਜਾਊਂਗਾ ਵੀ ਤੁਹਾਨੂੰ ਕਮੈਂਟ ਸੈਕਸ਼ਨ ਚ ਕਮੈਂਟ ਕਰਿਓ ਵੀ ਹੰਦਾ ਆਨਸਰ ਕਿੰਨਾ ਆਏਗਾ 1/5 ਹੁਣ ਇੱਥੇ 20% ਵਧਾਈ ਹੈ ਪਹਿਲੇ ਦੇਖੋ 20% ਵਧਾਈ ਹੈ ਮਤਲਬ 5 ਤੋਂ 1 ਵਧਾਤੀ ਕਿੰਨੀ ਕਰਤੀ 6 ਕਰਤੀ 5 ਤੋਂ 1 ਵਧਾਤੀ ਕਿੰਨੀ ਕਰਤੀ 6 ਕਰਤੀ ਫਿਰ 20% ਘਟਾਈ ਹੈ ਤਾਂ 5 ਤੋਂ 1 ਘਟਾਤਾ ਕਿੰਨਾ ਕਰਤਾ 4 ਕਰਤਾ ਪਹਿਲੇ 20% ਵਧਾਇਆ ਮਤਲਬ 5 ਤੋਂ 1 ਵਧਾਤਾ 6 ਫਿਰ 20% ਘਟਾਇਆ 5 ਤੋਂ 1 ਘਟਾਤਾ 4 ਕਾਣੀ ਖਤਮ 9 5 ਦਾ 5 ਨਾਲ ਗੁਣਾ ਕਰਾਇਆ ਕਿੰਨਾ ਆਊਗਾ 25 ਆਏਗਾ 6 ਦਾ 4 ਨਾਲ ਗੁਣਾ ਕਰਾਇਆ ਕਿੰਨਾ ਆਏਗਾ 24 ਆਏਗਾ ਤਾਂ 25 ਸੀਗੀ 24 ਹੋਗੀ 25 ਸੀਗੀ 24 ਹੋਗੀ ਕਿੰਨੀ ਘਟ ਗਈ 1 ਘਟ ਗਈ ਕਿੱਥੋਂ ਘਟੀ 25 ਤੋਂ 25 ਸੀਗੀ 24 ਹੋਗੀ ਕਿੰਨੀ ਘਟੀ 1 ਘਟੀ ਕਿੱਥੋਂ ਘਟੀ 25 ਤੋਂ ਗੁਣਾ ਚ 100 ਤਾਂ ਕੱਟ ਦੋ ਵੀ 25 ਚੋਕਾ 100 4 ਨੂੰ 1 ਨਾਲ ਗੁਣਾ ਕਰਾਇਆ ਕਿੰਨਾ ਆਊਗਾ 4% ਆਏਗਾ ਵੀ ਕਨਸਟੇਬਲ ਵਾਲੇ ਵੀ ਸ਼ਾਮੀ 8 ਵਜੇ ਕਲਾਸ ਹੈਗੀ ਹੈ ਸਾਰੇ ਜੁੜ ਜਿਓ ਉਹਦੇ ਵਿੱਚ ਵੀ ਕੱਲ ਬਹੁਤ ਵਧੀਆ ਕਲਾਸ ਰਹੀ ਸੀਗੀ ਤਾਂ ਉਹਦੇ ਤੋਂ ਉੱਥੋਂ ਹੀ ਅੱਗੇ ਚੱਲਾਂਗੇ ਬਹੁਤ ਹੀ ਇੰਟਰਸਟਿੰਗ ਚੀਜ਼ ਕਰਵਾ ਰਹੇ ਹਾਂ ਵੀ ਉੱਤੇ ਵੀ ਤਾਂ ਸਾਰੀਆਂ ਚੀਜ਼ਾਂ ਜੋ ਹੋਣਗੀਆਂ ਇੰਟਰਸਟਿੰਗ ਹੋਣਗੀਆਂ ਸਾਰੀਆਂ 4% ਆ ਗਿਆ ਵੀ ਕੋਈ ਡਾਊਟ ਥੰਬਸ ਅਪ ਕਰੋ ਵੀ ਥੰਬਸ ਅਪ ਕੋਕਾ ਕੋਲਾ ਪੈਪਸੀ ਕੋਈ ਵੀ ਕਰ ਦੋ ਵੀ ਸ਼ੇਅਰ ਕਰਦੇ ਜਾ ਕਰੋ ਵੀ ਫਟਾਫਟ ਕਲਾਸ ਨੂੰ ਕਲਾਸ ਇਹ ਸਟਾਰਟ ਹੁੰਦੇ ਹੀ ਚਲੋ ਵੀ ਲੋ ਲੋ ਆਜੋ ਕੁਐਸਚਨ ਹੈ ਇਹਦਾ ਅਨਸਰ ਤੁਸੀਂ ਮੈਨੂੰ ਕਮੈਂਟ ਤੋਂ ਕਮੈਂਟ ਤੇ ਦੱਸੋਗੇ ਸਕਰੀਨਸ਼ਾਟ ਲੈ ਲਓ ਵੀ ਸਾਰੇ ਜਣੇ ਸਕਰੀਨਸ਼ਾਟ ਲੈ ਲਓ ਆਪਸ਼ਨ ਤੁਹਾਡੇ ਕੋਲੋਂ ਹੈਗੇ ਇੱਕ ਸੰਖਿਆ ਪਹਿਲੇ 10% ਇੱਕ ਸੰਖਿਆ 10% ਘਟੀ ਹੈ ਅਤੇ ਨਤੀਜੇ ਵਜੋਂ ਸੰਖਿਆ 20% ਘਟੀ ਹੈ ਮਤਲਬ ਪਹਿਲੇ 10% ਘਟੀ ਫਿਰ 20% ਘਟੀ ਕਮੀ ਦੀ ਅੰਤਮ ਪ੍ਰਤੀਸ਼ਤ ਤਕ ਕੀ ਹੈ ਐਸ ਕੁਐਸਚਨ ਦਾ ਜੋ ਆਨਸਰ ਹੈ ਤੁਸੀਂ ਮੈਨੂੰ ਕਮੈਂਟ ਬਾਕਸ ਚ ਦੱਸੋਗੇ ਠੀਕ ਹੈ ਵੀ ਚਲੋ ਵੀ ਅੱਜ ਅੱਧੀ ਕਲਾਸ ਇੱਥੇ ਕੀ ਰੱਖਦੇ ਆ ਕਿ ਮਿਲਦੇ ਆ ਜੀ ਕੱਲ ਐਸੇ ਟਾਈਮ ਤੇ ਤੁਹਾਨੂੰ ਤਾਂ ਜਾਣ ਤੋਂ ਪਹਿਲਾਂ ਮੈਂ ਕਹਿ ਕੇ ਜਾਊਂਗਾ ਕਿ ਵੀਡੀਓ ਨੂੰ ਲਾਈਕ ਕਰਦੇ ਕਰੋ ਸੈਸ਼ਨ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਦੇ ਕਰੋ ਐਸ ਤੋਂ ਵੱਧਣੇ ਚਾਹੀਦੇ ਮੈਨੂੰ 164 ਲਾਈਵ ਚੱਲ ਰਿਹਾ ਹੈਗਾ ਸਭੀ ਪਰਸਨ ठीक है कल आप कल ऐसे टाइम मिलाएंगे इनकम टैक्स से भी क्वेश्चन करा कि इनकम टैक्स किए बनता है किमें प्रसेंटेज के कोश्चन बनते हैं सारे इंपोर्टेंट इंपोर्टेंट क्वेश्चन करा कोई दिक्कत नहीं भी चलो भी चल दिया गया थैंक यू सो मच भी तो जाने तो पहले कहकर जाऊंगा कि चैनल में सबसक्राइब जरूर कर दू जो नवे जुड़े ने भीडियो लाइक कर दो यू सो मच भी मिलते हैं आप अगली क्लास के लो भी चलो भी उस क्वेश्चन आंसर कर दू भी थैंक यू सो मच